ਸਭੀ ਮਾਵਾਂ ਬੇਟਾ ਜੱਗਾ ਸਿੰਘ ਦੂਜੇ ਨੰਬਰ ਤੇ ਆ ਗਿਆ, ਤੀਜੇ ਨੰਬਰ ਤੇ ਵਾਹਿਗੁਰੂ ਆ ਗਿਆ। ਸਭੀ ਮਹਾਮਦ ਹਾਂ ਡਿੱਗ ਪਿਆ, ਸਭੀ ਮਹਾਮਦ ਵਿਚਾਰਾ ਰਾਜ ਡਿੱਗ ਪਿਆ, ਕੋਈ ਗੱਲ ਨੀ ਬੋਲੇ ਸੋਨਿਆ। ਬਲਵਿੰਦਰ ਸਿੰਘ ਵੱਲੋਂ ਪਹਿਲੇ ਨੰਬਰ ਤੇ ਆ ਗਿਆ ਬਈ। ਦਰਸ਼ਕ ਜੀ ਨੂੰ ਬੇਨਤੀ ਹੈ ਬਜ਼ੁਰਗਾਂ ਦੇ ਨਾਂ ਦੀ ਜ਼ੋਰਦਾਰ ਤਾੜੀ ਲਾ ਲਓ ਜੀ। ਬੜੇ ਜੋਸ਼ ਦੇ ਨਾਲ ਇਹਨਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਹਾਂਜੀ ਪਧੌੜ ਤੇ ਭੋਤਨਾ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਜਲਦ ਤੋਂ ਜਲਦੀ 70 ਕਿਲੋ ਦੀਆਂ ਟੀਮਾਂ ਗਰਾਊਂਡ 'ਚ ਪਹੁੰਚ ਜਾਣ। ਜੋ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਨ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੇ ਕਿਸੇ ਵੀ ਵੀਰ ਦੀ ਕੋਈ ਵੀ ਡਿਊਟੀ ਨਹੀਂ ਉਸ ਨੂੰ ਬੇਨਤੀ ਕਰਦੇ ਹਾਂ ਵੀ ਗਰਾਊਂਡ ਦੇ ਵਿੱਚ ਨਾ ਆਵੇ, ਕਿਉਂਕਿ ਆਪਣਾ ਡਿਸਪਲਿਨ ਖਰਾਬ ਨਾ ਹੋਵੇ, ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਰੱਖਣਾ ਹੈ। ਹੈਲੋ ਹੈਲੋ, ਅਸੀਂ ਵੀਰ ਕਿਸੇ ਦਾ ਕੋਈ ਬਹਾਨਾ ਨਹੀਂ ਸੁਣਨਾ, 12 ਵੱਜ ਗਏ, ਆਲਕਣਾ ਨੂੰ ਬੇਨਤੀ ਆ ਆਲਕਣਾ ਦਾ ਮੈਚ ਹੈਗਾ, ਜਲਦੀ ਤੋਂ ਜਲਦੀ ਆ ਕੇ ਗਰਾਊਂਡ 'ਚ ਪਹੁੰਚਣ। ਆਲਕਣਾ ਦੇ ਠੂਰ ਭੁੱਲਾ ਸਿੰਘ ਦੇ ਵਿੱਚ ਜਾਵੜੇ ਜਿੱਥੇ ਵੀ ਸਾਡੀ ਆਵਾਜ਼ ਸੁਣਦਾ, ਅਸੀਂ ਕਿਸੇ ਦਾ ਕੋਈ ਬਹਾਨਾ ਨਹੀਂ ਸੁਣਨਾ, ਗਰਾਊਂਡ 'ਚ ਪਹੁੰਚੋ। ਲੰਗਰ ਦੇ ਵਿੱਚ ਜਾਵੜੇ ਜਿੱਥੇ ਵੀ ਸਾਡੀ ਆਵਾਜ਼ ਸੁਣਦਾ। ਸਾਡੇ ਕੋਲੇ ਹਜੇ ਬੀ ਪੂਲ ਦੇ ਮੈਚ ਪਏ ਨੇ, ਅਠੂਰ ਤੇ ਆਲਕੜਾ ਜਲਦੀ ਜਲਦੀ ਪਹੁੰਚਣਾ, ਨਹੀਂ ਅਸੀਂ ਸਿਟੀ ਮਾਰ ਦੇਵਾਂਗੇ। ਆ ਕਿਹੜੀ ਕਿਹੜੀ ਟੀਮ ਪਹੁੰਚੀ ਸਾਡੇ ਕੋਲੇ, ਹੱਥ ਖੜਾ ਕਰੇ। ਹੈਲੋ ਆ ਗਈ ਸੁੱਖੀ ਬਾਈ, ਜਲਦੀ ਜਲਦੀ ਯਾਰ ਸੁੱਖੀ। ਹਾਂਜੀ ਭਰਾਵੜ ਆ ਗਿਆ ਸਾਡੇ ਕੋਲੇ, ਭੋਤਨਾ ਪਹੁੰਚੇ ਅਠੂਰ ਤੇ ਆਲਕੜਾ। ਹਾਂਜੀ ਭੋਤਨਾ ਨੂੰ 2 ਮਿੰਟ ਦਿੱਤੇ। ਹਾਂਜੀ ਜਿਹੜੇ ਮੇਰੇ ਵੀਰ ਦੀ ਹੂਟਰ ਤੇ ਡਿਊਟੀ ਹੈ ਨਾ ਉਹ ਲਾਜ਼ਮੀ ਸਟੇਜ ਤੇ ਪਹੁੰਚੇ। ਹਾਂਜੀ ਦਰਸ਼ਕ ਵੀਰ ਤੁਹਾਨੂੰ ਦੱਸ ਦਈਏ ਅੱਜ ਉਹ ਵਾਸ਼ਿੰਗ ਮਸ਼ੀਨਾਂ ਸਾਡੇ ਵਲੰਟੀਅਰ ਵੀਰ ਲੈ ਕੇ ਆ ਰਹੇ ਨੇ ਓਪਨ ਦੇ ਵਿੱਚ। ਫਾਈਨਲ ਮੈਚ ਦੇ ਵਿੱਚ ਜਿਹੜੀ ਟੀਮ ਜਿੱਤੂਗੀ ਸਨਮਾਨਿਤ ਕਰਾਂਗੇ। ਹੈਲੋ ਹਾਂਜੀ, ਮੈਚ ਵੀ ਸ਼ੁਰੂ ਕਰਾਓ, ਕਰਾ ਰੈਫਰੀ ਸਾਹਿਬ ਨੂੰ ਬੇਨਤੀ ਹੈ ਵੀ ਗਰਾਊਂਡ 'ਚ ਪਹੁੰਚਣਾ। ਭਦੌੜ ਸਾਡੇ ਕੋਲੇ ਪਹੁੰਚ ਗਿਆ, ਭੋਤਲਾ ਨਹੀਂ ਪਹੁੰਚਿਆ, ਭੋਤਲਾ ਨੂੰ 2 ਮਿੰਟ ਦਿੱਤੇ। ਜੇ 2 ਮਿੰਟਾਂ ਦੇ ਵਿੱਚ ਭੋਤਲਾ ਨਹੀਂ ਆਉਂਦਾ ਤਾਂ ਟੀਮ ਕੱਟ ਕੀ ਜਾਊਗੀ। ਉਸ ਤਰ੍ਹਾਂ ਠੂਰ ਤੇ ਆਲਕੜਾ ਜਲਦੀ ਜਲਦੀ ਟੀਮਾਂ ਪਹੁੰਚਣ। ਬਾਕੀ ਓਪਨ ਕਲੱਬ ਵਾਲਿਆਂ ਨੂੰ ਬੇਨਤੀ ਹੈ ਜਿੰਨੇ ਵੀ ਕਲੱਬ ਸਾਡੇ ਦਰਮਿਆਨ ਪਹੁੰਚੇ ਹਨ, ਸਾਡੇ ਕੋਲ ਅਹਿਮਦਪੁਰਾ ਪਹੁੰਚ ਗਿਆ ਭਾਈ, ਅਹਿਮਦਪੁਰਾ ਆ ਗਿਆ, ਫਾਜ਼ਿਲਕਾ ਤੋਂ ਇੱਕ ਟੀਮ ਆਈ ਆ, ਕਾਲੇ ਸਿਰ ਦੀ ਤੋਂ ਟੀਮ ਆਈ ਹੈ ਸਾਡੇ ਕੋਲੇ। ਜਿੰਨੀਆਂ ਵੀ ਟੀਮਾਂ ਆਈਆਂ ਸਾਡੇ ਕੋਲੇ ਉਹ ਕਿਰਪਾ ਕਰਕੇ ਸਾਡੇ ਕੋਲੇ ਪਹੁੰਚਣਾ, ਸਾਡੇ ਕੋਲੇ ਨਾ ਐਂਟਰ ਕਰਾਉਣ ਤਾਂ ਜੋ ਅਸੀਂ ਉਹਨਾਂ ਦੀਆਂ ਐਂਟਰੀਆਂ ਜਲਦੀ ਤੋਂ ਜਲਦੀ ਕੱਢ ਸਕੀਏ। ਠੂਰ ਤੇ ਆਲਕੜਾ ਦਾ ਪਹਿਲਾ ਮੈਚ ਹੋਊਗਾ। ਜਲਦੀ ਤੋਂ ਜਲਦੀ ਟੀਮਾਂ ਤਿਆਰ ਹੋ ਕੇ ਆ ਜਾਣ, ਠੂਰ ਤੇ ਆਲਕੜਾ ਭਦੌੜ ਵਰਸਸ ਭੋਤਨਾ, ਠੂਰ ਤੇ ਆਲਕੜਾ ਇਹਨਾਂ ਦਾ ਮੈਚ ਹੋਣਾ ਗਾ। ਸਾਰੇ ਵੀਰਾਂ ਨੂੰ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਨੀ ਕਿਸੇ ਨੇ ਵੀ ਗੇੜਾ ਦੇਣਾ, ਜੋ ਘੇਰਾ ਬਣਿਆ ਉਸਦੇ ਘੇਰੇ ਦੇ ਬਾਹਰ ਬਾਹਰ ਰਹਿਣਾ ਗਾ। ਕਲੀ ਵਾਲਾ ਇੱਕ ਜਣਾ ਵੀਰ ਹੋਊਗਾ, ਕੱਲਾ ਉਹੀ ਕਲੀ ਪਾਊ, ਕਿਸੇ ਨੇ ਉਸਦੇ ਕੋਲੇ ਨੀ ਆਉਣਾ। ਪਾਣੀ ਵਾਲਿਆਂ ਵੀ 2 ਜਣਿਆਂ ਦੀ ਡਿਊਟੀ ਆ, ਤੀਸਰਾ ਕੋਈ ਵੀ ਬੰਦਾ ਗਰਾਊਂਡ 'ਚ ਨਹੀਂ ਹੋਵੇਗਾ। ਹਾਂਜੀ ਪੋਤਨਾ ਨੂੰ ਫੇਰ ਬੇਨਤੀ ਆ, ਪੋਤਨਾ ਵਾਲੇ ਸਾਡੇ ਗੁਆਂਢੀ ਹੋ ਤੁਸੀਂ, ਤੁਸੀਂ ਤਾਂ ਤੁਰ ਕੇ ਆ ਗਏ ਹੋ ਕਿੱਥੇ, ਜਲਦੀ ਜਲਦੀ ਗਰਾਊਂਡ ਦੇ ਵਿੱਚ ਬੈਸਟ ਪੰਜਾਬੀ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਕਬੱਡੀ ਓਪਨ ਦੇ ਵਿੱਚ, 70 ਕਿਲੋ ਵਿੱਚ ਨਹੀਂ ਕਬੱਡੀ ਓਪਨ 'ਚ।
हाँ जी आलकड़ा आलकड़ा वासे टूर आलकड़ा वासे टूर जल्दी जल्दी टीम पहुंचे साढ़े हो जाए हेलो भरा टीम आ गई मोतरा ने अजे तक साढ़े बड़े पहुंचा हेलो अठूर ने आलकड़ा ये पहला मैच होने का अठूर का आलकड़े का जल्दी जल्दी पहुंचना हाँ जी भोला सिंह जोरा सिंह सरपंच का लड़का पंच भोला सिंह जल्दी जल्दी स्टेज को पहुंचे कमेटी उन्होंने उड़ीक कर रही है भोला सिंह पंच जोरा सिंह का हेलो ਸਾਡੇ ਜੋ ਵੀ ਪਾਣੀ ਵਾਲੇ ਵੀਰਾਂ ਦੀ ਡਿਊਟੀ ਲਈ ਵੀ ਹੈਗੀ ਜਿਨ੍ਹਾਂ ਨੇ ਗਰਾਊਂਡ ਦੇ ਵਿੱਚ ਨਾਲ ਦਾ ਖਿਡਾਰੀ ਵੀਰਾਂ ਨੂੰ ਨਾਲੇ ਦਰਸ਼ਕ ਵੀਰਾਂ ਨੂੰ ਪਾਣੀ ਪਿਆਉਣਾ ਉਹ ਆਪਣੇ ਨਾਮ ਸੁਣਨਾ ਗੋਰਾ ਸੰਸਾਰੀਕਾ ਤੇਜੂ ਢਿੱਲੋਂ ਲੱਡੂ ਮਹੰਤ ਸੈਮ ਤੇ ਟੋਨੀ ਪੰਜ ਬੰਦਿਆਂ ਦੀ ਡਿਊਟੀ ਗਰਾਊਂਡ ਦੇ ਵਿੱਚ ਨਾਲੇ ਇਹਨਾਂ ਨੇ ਦਰਸ਼ਕਾਂ ਨੂੰ ਪਾਣੀ ਪਿਆਉਣਾ ਨਾਲੇ ਇਹਨਾਂ ਨੇ ਖਿਡਾਰੀਆਂ ਨੂੰ ਪਾਣੀ ਪਿਆਉਣਾ ਸਾਡੇ ਵੱਲੋਂ ਬੇਨਤੀ ਆ ਵਲੰਟੀਅਰ ਵੀਰ ਆਪੋ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਬੇਨਤੀ ਆ ਸਾਡੇ ਵੱਲੋਂ ਇਹ ਹੈਲੋ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਜੋ ਵੀ ਅਸੀਂ ਆ ਜਾਲ ਲਾਇਆ ਇਹਦੇ ਨਾਲ ਨਾਲ ਥੱਲੇ ਬਹਿਜੋ ਬਾਹਰਲੇ ਪਾਸੇ ਅਸੀਂ ਟਰਾਲੀਆਂ ਦਾ ਅਰੇਂਜਮੈਂਟ ਕਰੀ ਜਾਂਦੇ ਹਾਂ ਉਸ ਤੋਂ ਬਾਅਦ ਟਰਾਲੀਆਂ ਦੇ ਉੱਪਰ ਬਹਿ ਜਾਓ ਦਰਸ਼ਕ ਵੀਰਾਂ ਨੂੰ ਬੇਨਤੀ ਆ ਬਈ ਜਾਲੀਆਂ ਟੱਪਣ ਦੀ ਕੋਸ਼ਿਸ਼ ਨਾ ਕਰੋ ਵੀਰ ਬਣੇ ਹਾਂਜੀ ਟਰਾਲੀਆਂ ਲਾਈਏ ਟਰਾਲੀਆਂ ਦੇ ਪਿਛਲੇ ਪਾਸੇ ਟਰੱਕ ਲਾ ਦਿੰਦੇ ਹੈਗੇ ਵੀਰ ਬਣੇ ਜਿਵੇਂ ਵੀ ਲੋਟ ਆਉਂਦਾ ਕੰਮ ਉਵੇਂ ਹੀ ਪਿੱਛੇ ਰਹਿ ਗਏ ਜਾਲੀ ਤੋਂ ਕਬੱਡੀਆਂ ਹੋਣਗੀਆਂ ਇੱਕ ਮੈਚ ਦੀਆਂ ਪਹਿਲਾ ਮੈਚ ਹੈਗਾ ਜਿਹੜਾ ਭਦੌੜ ਦਾ ਤੇ ਭੋਤਨਿਆਂ ਦਾ ਆ ਗਿਆ ਹੈਲੋ ਪਹਿਲਾ ਮੈਚ ਭਦੌੜ ਦਾ ਤੇ ਭੋਤਨਿਆਂ ਦਾ ਗਾ टीम साढ़े दरम्यान पहुंच गई जे पोतना एक मिनट के नहीं आता टीम कट दी जाऊगी हेलो भाई असि मैच जल्दी जल्दी लमेटने कबड्डी ओपन के मैच स्टार्ट कर रहे हैं दो मिनट दिते दोनों टीमों जे कोई नहीं खिलाड़ी पाते टीमें कट देनिया पोतना आखिरी शब्द ध्यान ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚੋ ਪੋਤਨਾ ਦੇ ਖਿਡਾਰੀਆਂ ਨੂੰ ਬੇਨਤੀ ਹੈ ਸਾਡੇ ਵੱਲੋਂ ਕੱਟ ਦਿੱਤੀ ਗਈ ਹੈ ਟੀਮ 9 ਵਜੇ ਦਾ ਟਾਈਮ ਤਾਂ 11 ਵੱਜ ਗਏ ਯਾਰ ਤੁਸੀਂ ਹਜੇ ਵੀ ਨਹੀਂ ਆ ਸਕਦੇ ਜੋ ਸਾਡੇ ਬਜ਼ੁਰਗਾਂ ਦੀਆਂ ਦੌੜਾਂ ਸੀਗੀਆਂ ਉਹ ਇਸ ਪ੍ਰਕਾਰ ਰਹੀਆਂ ਨੇਗੀਆਂ ਬਲਵਿੰਦਰ ਸਿੰਘ ਜੱਸੜਾ ਪਹਿਲੇ ਨੰਬਰ ਤੇ ਆਇਆ ਜੱਗਾ ਸਿੰਘ ਫੌਜੀ ਦੂਜੇ ਨੰਬਰ ਤੇ ਆਇਆ ਵਾਹਿਗੁਰੂ ਤੀਜੇ ਨੰਬਰ ਤੇ ਆਇਆ ਹਾਂਜੀ ਭੋਤਨਿਆਂ ਵਾਲਾ ਕੋਈ ਸਾਡੇ ਕੋਲੇ ਮੈਂਬਰ ਆ ਕੇ ਪਹੁੰਚੇ ਭਾਈ ਅਸੀਂ ਉਹਨਾਂ ਨੂੰ ਵਾਕਫਰ ਦੇਣ ਲੱਗੇ ਆਗੇ ਭਦੌੜ ਨੂੰ ਜੇ ਇੱਕ ਮਿੰਟ ਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਇਤਰਾਜ਼ ਕਰਿਓ ਭੋਤਨਿਆਂ ਨੂੰ ਬੇਨਤੀ ਆ ਕਿਉਂਕਿ ਸਾਡਾ ਗਵਾਂਢੀ ਪਿੰਡ ਹੈਗਾ ਇਹ ਅਸੀਂ ਇਹਨਾਂ ਦਾ ਬਹੁਤ ਹੀ ਦਿਲੋਂ ਮਾਣ ਕਰਦੇ ਹਾਂਗੇ ਜਲਦੀ ਜਲਦੀ ਪਹੁੰਚੇ ਭੋਤਨਾ ਹੈਲੋ ਉਹ ਯਾਰ ਪੋਤਨਾਲੋ ਬਾਈ ਅਣ ਕੇ ਆ ਜਾਓ ਮੁੜ ਕੇ ਹੀ ਕੱਟ ਦਿਆਂਗੇ ਅਗਲੀ ਟੀਮ ਆ ਆਲਕੜਾ ਤੇ ਠੂਰ ਇਹਨਾਂ ਨੂੰ ਵੀ 2 ਮਿੰਟ ਦਾ ਸਮਾਂ ਦਿੱਤਾ ਜਾਂਦਾ ਆਲਕੜਾ ਦੇ ਠੂਰ ਦੋਨੇ ਟੀਮਾਂ ਕੱਟ ਦਿੱਤੀਆਂ ਜਾਣਗੀਆਂ ਪੋਤਨਿਆਂ ਨੂੰ ਆਖਰੀ ਕਾਲ ਆ ਇੱਕ ਮਿੰਟ ਦਿੱਤਾ ਜਾਂਦਾ ਜਲਦੀ ਤੋਂ ਜਲਦੀ ਆ ਜਾਣਾ ਨਹੀਂ ਭਦੌੜ ਨੂੰ ਵਾਕਫ ਦਿੱਤਾ ਹੋਊਗਾ ਹੂਟਰ ਮਾਰ ਦਿਆਂਗੇ ਜਦੋਂ ਅਸੀਂ ਟੀਮ ਸਕਰੈਚ ਕਰਦੀ ਨਾਲ ਨਾਲ ਹੂਟਰ ਮਾਰ ਦਿਆਂਗੇ ਫੇਰ ਨਾ ਕਿਹੋ ਵੀ ਸਾਡੇ ਵੀ ਅਸੀਂ ਤਾਂ ਲਾਟ ਤੇ ਜਾਵੜੇ ਸੀ ਫਾਈਨਲ ਖੇਡਣਾ ਸੀਗਾ ਮਨਪ੍ਰੀਤ ਰੁਪਿੰਦਰ ਜਲਾਲ ਪਹੁੰਚ ਗਿਆ ਆਪਣੀ ਮਜਬੂਰੀ ਦੱਸਣ ਭਾਈ ਜਾ ਕੇ ਭੋਤਨਿਆਂ ਵਾਲੇ ਵੀ ਸਾਡੀ ਕੀ ਮਜਬੂਰੀ ਆ ਹਾਂਜੀ ਆਲਕੜਾ ਵਰਸੇ ਠੂਰ ਆਲਕੜਾ ਵਰਸੇ ਠੂਰ ਜਲਦੀ ਜਲਦੀ ਗਰਾਊਂਡਾਂ ਟੀਮਾਂ ਗਰਾਊਂਡ 'ਚ ਪਹੁੰਚਣ ਆਲਕੜਾ ਵਰਸੇ ਠੂਰ ਜਿਹੜੇ ਬਾਈਆਂ ਦੀ ਡਿਊਟੀ ਲੱਗਿਆ ਕੇਵਲ ਉਹੀ ਗਰਾਊਂਡ ਚ ਹੋਣ ਦੂਸਰਾ ਕੋਈ ਵੀ ਬੰਦਾ ਗਰਾਊਂਡ ਚ ਨਾ ਹੋਵੇ
हाँ जी असीं इन्हां नूं बार बार बेनती करदे आं क्योंकि साडा गवांढी पिंड आ ये भोतना भी जल्दी जल्दी भाई साडी कोई आगे मजबूरी दसे कठूर बस आलकड़ा इन्हां दा भी कोई मैंबर साडे तक अजे पहुंचा नहीं हैगा भी आलकड़ा वाले तुसीं कित्थे हो आ जाओ तुसीं तां आलकड़ा बस कठूर भोतना वर्दी भलौड़ जल्दी जल्दी भलौड़ वाले भाई आ गए भोतर वाले क्यों नहीं आते नहीं खेडना तां हां दसणा के हैलो पोतरे खिलाड़ियों को बेनती है एक मिनट वेट करनी है तो बाद असि टीम दूजी जेतू करार दे देना फिर तो कह दसा नहीं गा जे तुसी खिलाड़ी भी साडा साथ नहीं देते असि भी थोड़ा फिर कोई साथ नहीं देना साडे वालों बार बार लॉस किया जा रहा है मनप्रीत पोतरे बारे फैसला लो यार कोई मैडम कितने कितने लाई जाओगे तुम ਬਈ ਪਲਾਉਣ ਨੂੰ ਜੇਤੂ ਕਰਾਰ ਦੇ ਦਿਓ ਹਾਂ ਜੀ ਮਾਰ ਦੇ ਹੁਟਰ ਟੀਮ ਸਕ੍ਰੈਚ ਕਰ ਦਿਓ ਪਲਾਉਣ ਨੂੰ ਜੇਤੂ ਕਰਾਰ ਦੇ ਦਿਓ ਹੁਟਰ ਮਾਰ ਦਿਓ ਭਾਈ ਚਲੋ ਜੀ ਹਾਂ ਵੀ ਆ ਪੋਸਟਰ ਵੀ ਇਹੀ ਹਾਲ ਆ ਜੇ ਆਲਕੜੇ ਵੀ ਨਹੀਂ ਆਉਂਦੇ ਤਾਂ ਫੇਰ ਤਾਂ ਕਿਹੋ ਆਲਕੜਾ ਤੇ ਠੂਰ ਆ ਕੌਣ ਆਇਆ ਇਹ ਕਿਹੜੀ ਟੀਮ ਆ ਪੋਤਨਾ ਕਲਕੜੇ हां भी अलकड़ा आ गया भी अलकड़ा अलकड़ा कट्टता भी ओ भाई साडा साथ है खिलाड़ी वीरां नूं बेनती आ हां जी कबड्डी ओपन कबड्डी ओपन अलकड़े दे ठूर नूं बेनती आ जल्दी तों जल्दी ग्राउंड दे विच आ जाण ਕਬੱਡੀ ਓਪਨਰਾਂ ਨੂੰ ਬੇਨਤੀ ਆ ਭਾਈ ਜਿੰਨੇ ਵੀ ਖਿਡਾਰੀ ਆਏ ਆ ਸਾਡੇ ਕੋਲ ਪਹੁੰਚਣ ਅਸੀਂ ਭਾਈ ਮੈਚ ਸਟਾਰਟ ਕਰਨੇ ਆ ਪੋਤਰਾ ਪਹੁੰਚ ਗਿਆ ਹੁਣ ਕਿਸੇ ਵੀ ਟੀਮ ਦੀ ਅਸੀਂ ਵੇਟ ਨਹੀਂ ਕਰਨਾ ਨਾਲ ਦੀ ਨਾਲ ਟੀਮ ਕੱਟ ਦਿੱਤੀਆਂ ਨੇ ਆ ਪੋਤਰਾ ਆ ਗਿਆ ਜੀ ਹਾਜੀ ਆਲਕੜਿਆਂ ਨੂੰ ਬੇਨਤੀ ਆ ਆਲਕੜੇ ਜਲਦੀ ਜਲਦੀ ਪਹੁੰਚਣ ਤੇ ਠੂਰ ਅਠੂਰ ਤੇ ਆਲਕੜਾ ਜਲਦੀ ਜਲਦੀ ਪਹੁੰਚਣ ਸਾਰੇ ਖਿਡਾਰੀਆਂ ਨੂੰ ਬੇਨਤੀ ਆ ਆਪਣੀਆਂ ਟੀ ਸ਼ਰਟਾਂ ਗਰਾਊਂਡ ਤੋਂ ਬਾਹਰ ਰੱਖਣ ਇੱਕ ਭਾਈ ਬੇਨਤੀ ਆ ਵੀ ਜਿਹੜੇ ਖਿਡਾਰੀ ਆਉਂਦੇ ਨੇ ਗੱਡੀਆਂ 'ਚ ਆਉਂਦੇ ਨੇਗੇ ਜਾਂ ਜਿੱਥੇ ਵੀ ਉਹ ਆਪਦੇ ਕੱਪੜੇ ਤਾਰਦੇ ਨੇ ਉਹ ਕੱਲ੍ਹ ਕਿਸੇ ਦੇ ਮੋਬਾਈਲ ਚੱਕੇਗੇ ਕਿਸੇ ਵੀ ਖਿਡਾਰੀ ਦਾ ਕੋਈ ਨੁਕਸਾਨ ਹੁੰਦਾ ਗਾ ਉਹ ਟੂਰਨਾਮੈਂਟ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਖਿਡਾਰੀ ਉਹਦੇ ਜ਼ਿੰਮੇਵਾਰ ਆਪ ਹੋਣਗੇ ਜਿਹਦਾ ਵੀ ਕੋਈ ਸਮਾਨ ਕਿਸੇ ਖਿਡਾਰੀ ਦਾ ਖਵਾਜਦਾ ਗਾ ਉਹਦਾ ਜ਼ਿੰਮੇਵਾਰ ਖਿਡਾਰੀ ਆਪ ਹੋਊਗਾ ਟੂਰਨਾਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਹੈਲੋ ਆ ਵਲੰਟੀਅਰ ਵੀਰ ਜੋ ਗਰਾਊਂਡ ਦੇ ਵਿੱਚ ਹੈ ਉਹ ਬੇਨਤੀ ਹੈ ਕਿ ਖੜਨਾ ਤੁਰ ਫਿਰ ਕੇ ਕਿਹੜਾ ਦੇ ਕੇ ਵੀਰ ਮਨੇ ਆਪਣੀ ਡਿਊਟੀ ਨਿਭਾਉਣ ਹਾਂਜੀ ਮੈਚ ਸ਼ੁਰੂ ਕਰਾਓ ਵੀ ਮੰਤੀ ਦਰਸ਼ਕ ਵੀਰ ਬਹੁਤ ਵੱਡਾ ਇਕੱਠ ਹੋ ਗਿਆ ਬਹੁਤ ਵਧੀਆ ਪਿੰਡ ਵਾਲੇ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਚਲੋ ਬਈ ਯਾਰ ਜਲਦੀ ਕਰੋ ਯਾਰ ਬਹੁਤ ਹੀ ਫਸਵੇਂ ਮੁਕਾਬਲੇ ਨੇ ਪੂਲ ਬੀ ਦੇ ਵਿੱਚ ਹੀ ਆਏ ਤਾਂ ਇਹਨਾਂ ਦੇ ਵਿੱਚੋਂ ਟੀਮਾਂ ਨੇ ਫਾਈਨਲ ਦੇ ਵਿੱਚ ਸੈਮੀ ਫਾਈਨਲ 'ਚ ਪਹੁੰਚਣਾ ਬਹੁਤ ਹੀ ਰੋਚਕ ਮੁਕਾਬਲੇ ਹੋਣਗੇ ਅਤੇ ਜੋ ਵੀ ਅੱਜ ਟੱਲੇਵਾਲ ਦੇ ਵਿੱਚ ਮੈਚ ਹੋ ਰਹੇ ਨੇ ਇਹ ਦੇਸਾਂ ਵਿਦੇਸਾਂ ਦੀ ਧਰਤੀ ਹੈ ਜਾ ਕੇ ਜਿੰਨੇ ਵੀ ਆਪਣੇ ਪੰਜਾਬੀ ਵੱਸਦੇ ਹਨ ਉਹ ਇਸ ਲੈਬ ਤੇ ਦੇਖਣਗੇ ਅੱਜ ਹੈਲੋ ਆਲਕੜਾ ਤੇ ਠੂਰ ਦੋਨਾਂ ਟੀਮਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚ ਜਾਣ ਆਲਕੜਾ ਤੇ ਠੂਰ ਫਿਰ ਨਾ ਕਹੋ ਬਈ ਟੀਮ ਕੱਟਦੀ ਇੱਕ ਜਿਹੜੇ ਆਪਣੇ ਬੇਟੇ ਰੱਖੇ ਹੋਏ ਆ ਇਹਨਾਂ ਨੂੰ ਬੇਨਤੀ ਆ ਭਾਈ ਵੀ ਜਿਹੜੇ ਪਾਣੀ ਪੂਣੀ ਲਿਆ ਕੇ ਦਿਖਾਓ ਸੰਗਤਾਂ ਨੂੰ ਪਾਣੀ ਪਿਆਓ ਆ ਕੇ ਜਿੰਨੇ ਵੀ ਆਪਾਂ ਜੋ ਬੇਟ ਰੱਖੇ ਨੇ ਚਾਹ ਵਾਲੇ ਪਾਣੀ ਵਾਲੇ ਹਾਂਜੀ ਸਾਡੇ ਦਰਮਿਆਨ ਸਾਡੇ ਪਿੰਡ ਦੇ ਸਰਪੰਚ ਸਾਹਿਬ ਬੀਬੀ ਨਸੀਬ ਕੌਰ ਪੱਟੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਟੂਰਨਾਮੈਂਟ ਕਮੇਟੀ ਵੱਲੋਂ ਇਹਨਾਂ ਨੂੰ ਜਿਉਂ ਆਇਆ ਆਖਦੇ ਹਾਂ ਅਸੀਂ
ਮੇਰੀ ਟੀਮ ਪਹਿਲਾਂ ਗਰਾਊਂਡ ਵਿੱਚ ਹੁੰਦੀ ਹੈ, ਚੁਆਇਸ ਉਸਦੀ ਹੈ ਬਾਈ, ਕੋਈ ਟਾਸ ਨਹੀਂ ਹੋਵੇਗਾ। ਹਾਂਜੀ ਆਲਕੜੇ, ਆਲਕੜਾ ਵਾਸੇ ਟੂਰ, ਆਲਕੜਾ ਵਾਸੇ ਟੂਰ, ਜਲਦੀ ਜਲਦੀ ਟੀਮਾਂ ਗਰਾਊਂਡ 'ਚ ਪਹੁੰਚਣ, ਆਲਕੜਾ ਵਾਸੇ ਟੂਰ, ਕਿਉਂਕਿ ਨਾਲ ਦੀ ਨਾਲ ਹੀ ਮੈਚ ਸ਼ੁਰੂ ਕਰਾ ਦੇਣੇ ਆ, ਕਿਸੇ ਦੀ ਅਸੀਂ ਵੇਟ ਨਹੀਂ ਕਰਦੀ। ਕਬੱਡੀ ਓਪਨ ਤੇ ਜਿੰਨੀਆਂ ਵੀ ਟੀਮਾਂ ਸਾਡੇ ਕੋਲ ਪਹੁੰਚੀਆਂ ਨੇ, ਜਲਦੀ ਜਲਦੀ ਆਪਦਾ ਨਾਲ ਖਾਉਣਾ ਤਾਂ ਜੋ ਅਸੀਂ ਗਾਹ ਟੂਰਨਾਮੈਂਟ ਸ਼ੁਰੂ ਕਰ ਰੱਖੀਏ। ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਕਿ ਪਾਣੀ ਪਹੁੰਚਾਓ, ਪਾਣੀ ਬਾਈ ਟੂਰ ਪਹੁੰਚ ਚੁੱਕੀ ਆ। ਆਲਕੜੇ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆ ਜਾਣ ਆਲਕੜੇ, ਬਾਈ ਟੂਰ ਵਾਲਿਓ ਸਾਈਡ ਤੇ ਹੋ ਕੇ ਬਹਿ ਜਾਓ, ਵੀਰ ਬਣ ਕੇ ਵਿੱਚ ਨਾ ਭੱਜੋ ਗਰਾਊਂਡ ਦੇ। ਹਾਂਜੀ ਪਤਨੀ ਬੜਾ ਲੋਸ ਕਰ ਦਿਓ, ਕਿਹੜੇ ਪਾਸੇ ਕਿਹੜੀ ਟੀਮ ਆ ਪਤਨੀ, ਸਟੇਜ ਵਾਲੇ ਪਾਸੇ ਕਿਹੜੀ ਟੀਮ ਆ, ਲੋਸ ਕਰ ਦਿਓ ਮਾੜਾ ਜਿਹਾ। ਸਟੇਜ ਵਾਲੇ ਪਾਸੇ ਭੋਤਨਾ, ਪਿੰਡ ਵਾਲੀ ਸਾਈਡ ਭਰਾਉੜਾ, 20-20 ਕੌਡੀਆਂ ਨੇ। ਜੋ ਰੈਫਰੀ ਦਾ ਫੈਸਲਾ ਹੋਊਗਾ ਕੱਲ ਹੋਊਗਾ, ਕਿਸੇ ਵੀ ਖਿਡਾਰੀ ਨੇ ਰੈਫਰੀ ਸਾਹਿਬਾਨ ਨਾਲ ਜਿੱਦ ਬਹਿਸ ਨਹੀਂ ਕਰਨੀ, ਜੋ ਵੀ ਫੈਸਲਾ ਰੈਫਰੀ ਦਾ ਹੋਊਗਾ ਕੱਲ ਹੋਊਗਾ। ਮੁਨੇ ਹੈਲੋ ਹੈਲੋ, ਹਾਂਜੀ ਅਸੀਂ ਦਰਸ਼ਕ ਵੀਰਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਜੋ ਇਹ ਮੈਚ ਇਹ ਟੂਰਨਾਮੈਂਟ ਚੱਲ ਰਿਹਾ ਹੈਗਾ, ਇਹ ਸਾਰੇ ਟੂਰਨਾਮੈਂਟ ਦੀ 365.com ਲਾਈਵ ਇੰਟਰਨੈਟ 'ਤੇ ਚੱਲ ਰਿਹਾ ਹੈਗਾ, ਜਿੱਥੇ ਵੀ ਸਾਡੇ ਵੀਰ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਨੇ ਇੰਟਰਨੈਟ 'ਤੇ 365.com ਲਾਈਵ ਵੱਲੋਂ ਇਹ ਚਲਾਇਆ ਜਾ ਰਿਹਾ ਹੈਗਾ। ਹਾਂਜੀ ਆਲਕੜੇ, ਆਲਕੜਾ ਵਾਸਤੇ ਟੂਰ, ਦੋਨੇ ਟੀਮਾਂ ਨੂੰ ਬੇਨਤੀ ਆ ਜਲਦੀ ਗਰਾਊਂਡ 'ਚ ਪਹੁੰਚਣ। ਆ ਟੀਮ ਕਿਹੜੀ ਜਿਹੜੀ ਬਾਲ ਮਾਪ ਹੁੰਦੀ ਆ, ਆਲਕੜਾ ਕਠੂਰ, ਕਠੂਰ ਆ ਗਏ, ਆਲਕੜਾ ਜਲਦੀ ਜਲਦੀ ਪਹੁੰਚੇ ਬਈ। ਸਾਰੇ ਖਿਡਾਰੀਆਂ ਨੂੰ ਬੇਨਤੀ, ਜਿਹੜੇ ਨਹੀਂ ਖੇਡਦੇ ਵੀਰ ਬਣ ਕੇ ਯਾਰ ਬੈਠ ਦਿਓ, ਬੈਠ ਦਿਓ। ਪਾਰਮਾ ਪੂਣਾ ਪਿਛਲੇ ਪਾਸੇ ਗਰਾਊਂਡ 'ਚ ਬਹੁਤ ਆ ਪਿਆ, ਉੱਥੇ ਬੇਟ ਹੋਣਾ ਜ਼ਰੂਰੀ ਆ, ਬੇਟ ਦਾ ਹੋਊਗਾ।
हाँ जी साडे बेट कमेटी दे मेंबर बहुत ही सुलझे हुए खिलाड़ी दा बेट होना उत्थे पहुंच जान। हेलो हां जी साडे बहुत ही सुलझे हुए कमेंटर ਕਮੇਟੀ ਵੱਲੋਂ ਉਹਨਾਂ ਨੂੰ ਜੀ ਆਖਦੇ ਹਾਂ ਕੋਟ ਕੋਟ ਧੰਨਵਾਦ ਕਰਦੇ ਹਾਂ ਜੋ ਸਾਡੇ ਦਰਮਿਆਨ ਨਗਰ ਨਿਵਾਸੀ ਪਹੁੰਚੇ ਹਨ ਇਹ ਟੂਰਨਾਮੈਂਟ ਕਮੇਟੀ ਵੱਲੋਂ ਇਹਨਾਂ ਦਾ ਜੀਓ ਆਇਆ ਆਖਦੇ ਹਾਂ ਜਿਹਦਾ ਹੀ ਰਾਜੂ ਆਪਣੇ ਬੰਦੇ ਇੱਧਰ ਭੇਜਦੇ ਵੀਰੇ ਯਾਰ ਗਰਾਊਂਡ ਦੇ ਵਿੱਚ ਜਲਦੀ ਤੋਂ ਜਲਦੀ ਵੀਰ ਬਣ ਕੇ ਚਾਰੇ ਬੰਦੇ ਤੇਰੇ ਗਰਾਊਂਡ ਤੇ ਸਟੇਜ ਦੇ ਮੂਹਰੇ ਆ ਜਾਣ ਹੈਲੋ ਕਾਂਤੇ ਨੂੰ ਬੇਨਤੀ ਹੈ ਵੀ ਮਾਈਕ ਲੈ ਕੇ ਗਰਾਊਂਡ ਚ ਪਹੁੰਚ ਜੇ ਕੁਲਵੰਤ ਕਾਂਤਾ ਤਾਜੋਗੇ ਹਾਂਜੀ ਜਿਨ੍ਹਾਂ ਨੇ ਸਾਨੂੰ ਇਸ ਟੂਰਨਾਮੈਂਟ ਕਮੇਟੀ ਨੂੰ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਹਿਯੋਗ ਦਿੱਤਾ ਮੰਤੀ ਪਰਚੀ ਦਿਓ ਪਰਚੀ ਬਾਈ 500 ਰੁਪਿਆ ਦਾਨਵੇ ਦੇ ਕੇ ਗਿਆ ਸਰਦਾਰ ਦਰਸ਼ਨ ਸਿੰਘ ਬਿਜਲੀ ਵਾਲਾ ਇਹ ਸਾਡੇ ਟੂਰਨਾਮੈਂਟ ਕਮੇਟੀ ਨੂੰ 500 ਰੁਪਿਆ ਦਾਨਵੇ ਦਿੰਦਾ ਹੈ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਵੱਲੋਂ ਜੱਗੀ ਧਾਲੀਵਾਲ ਜੋ ਕੈਨੇਡਾ ਦੇ ਵਿੱਚ ਵੱਜਦਾ ਹੈ ਜਿਹੜੇ ਬੁੱਗੇ ਕਿਆਂ ਦੇ ਵਿੱਚੋਂ ਲਾੜੇ ਦੇ ਵਿੱਚੋਂ ਹੈ ਜੱਗੀ ਉਹਨੇ ਸਾਡੀ ਇਹ ਟੂਰਨਾਮੈਂਟ ਕਮੇਟੀ ਨੂੰ 1000 ਰੁਪਿਆ ਦਾਨ ਵਜੋਂ ਦਿੱਤਾ ਅਸੀਂ ਉਹਦਾ ਟੂਰਨਾਮੈਂਟ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਵੱਲੋਂ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਹੈਲੋ ਹੈਲੋ ਇੱਕ ਮਿੰਟ ਗੋਗੀ ਜਿਹੜੇ ਮੇਰੇ ਵੀ ਦਾਨ ਦਿੰਦੇ ਲਿਖ ਲਾ ਆਪਾਂ ਬਾਅਦ ਇਕੱਠੇ ਬੋਲ ਲਾਂਗੇ ਕਿਉਂਕਿ ਹੁਣ ਕੰਮ ਤਾਂ ਪਹੁੰਚ ਚੁੱਕਿਆ
ਉਹਦੇ ਖਿਡਾਰੀਆਂ ਦਾ ਜਾਣ ਪਹਿਚਾਣ, ਕਮੈਂਟਰਾਂ ਦਾ ਜਾਣ ਪਹਿਚਾਣ, ਕਿਉਂਕਿ ਇਹਦੇ ਜਵਾਨੀ ਜ਼ਿਆਦਾ ਸਾਰੇ ਪੰਜਾਬ ਦੇ ਖਿਡਾਰੀਆਂ ਦੇ ਨਾਂ। ਧੰਨਵਾਦ। ਹੈਲੋ, ਹਾਂਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਨੀਚੋ ਆ ਸਪਚਾ ਦੇ ਵੀ ਜੇ ਮਿਹਰ ਕਰੇ ਜੇ ਸਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਅੱਜ ਵਧਾਈ ਦੇ ਪਾਤਰ ਨੇ ਪਿੰਡ ਟੱਲੇਵਾਲ ਨਗਰ ਦੇ ਸਾਰੇ ਸਾਡੇ ਕਾਰਜਯੋਗ ਮਿੱਤਰ, ਜਿੱਥੇ NRI ਵੀਰਾਂ ਦਾ, ਸਾਰੇ ਨਗਰ ਦਾ, ਸਾਰੇ ਸਾਡੇ ਦਾਨੀ ਸੱਜਣਾਂ ਦਾ, ਸਾਰੇ ਨੌਜਵਾਨ ਮਿੱਤਰਾਂ ਦਾ ਵੱਡਾ ਸਹਿਯੋਗ। ਆਪਾਂ ਜਿੱਥੇ ਵੇਖ ਰਹੇ ਵੀ ਪਹਿਲਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਤੇ ਵਾਲੀਬਾਲ ਟੂਰਨਾਮੈਂਟ, ਬਰਨਾਲੇ ਜ਼ਿਲ੍ਹੇ ਦਾ ਮਾਨ, ਟੱਲੇਵਾਲ ਦੀ ਧਰਤੀ, ਸਾਰੇ ਸਤਿਕਾਰਯੋਗ ਵੀਰ ਜਿੰਨੇ ਵੀ ਮੈਂ ਮਿੱਤਰਾਂ ਦੇ ਨਾਂ ਲਵਾਂ, ਕਿਉਂਕਿ ਕਾਫੀ ਵੱਡੀ ਜਿਹੜੀ ਲਿਸਟ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਆਖਦੇ ਆ। ਕਿਉਂਕਿ ਥੋੜਾ ਜਿਹਾ ਪਹਿਲਾਂ ਮੌਸਮ, ਅੱਜ ਮੈਂ ਦੇਖਿਆ ਵੀ ਜੈ ਵਾਢੀ ਦਾ ਜ਼ੋਰ ਆ, ਪਰ ਮੌਸਮ ਦੀ ਖਰਾਬੀ ਕਾਰਨ ਥੋੜੀ ਦਰਸ਼ਕ ਵੀਰਾਂ ਤੋਂ ਮਾਫੀ ਚਾਹੁੰਦੇ, ਲੇਟ ਹੋ ਗਏ। ਲਓ ਬਹੁਤ ਬਹੁਤ ਧੰਨਵਾਦ, ਲਓ ਕਬੱਡੀ ਦੇ ਨਾਲ ਆਪਾਂ ਜੁੜਦੇ ਆ, ਕਿਉਂਕਿ ਜਿੰਨੇ ਵੀ ਸਾਡੇ ਸਤਿਕਾਰਯੋਗ ਉਧਰ ਪਾਸੇ ਨੌਜਵਾਨ ਵੀਰ ਬਾਈ ਲੱਭੀ, ਸਾਡਾ ਸਤਿਕਾਰਯੋਗ ਮਿੱਤਰ ਵਧੀਆ ਖਿਡਾਰੀ ਨੌਜਵਾਨ ਸਾਰੇ ਬਾਈ ਪੋਤਰੇ ਵਾਲੇ, ਕਿਉਂਕਿ ਬੜੇ ਪਿਆਰ ਨੇ, ਕਬੱਡੀ ਦੇ ਨਾਲ ਬੜਾ ਸਤਿਕਾਰ ਹੈ। ਉੱਥੇ ਆਪਾਂ ਜਿਹੜੇ ਕਬੱਡੀ 70 ਕਿਲੋ ਦੇ ਮੁਕਾਬਲੇ ਕੱਲ੍ਹ ਤੋਂ ਲੈ ਕੇ ਵੇਖ ਰਹੇ ਹਾਂ, ਕਹਿੰਦੇ ਵੀ ਖੇਡਾਂ ਵੀ ਜੋ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵਸਤੀ ਲੋਕੋ ਜਿੰਦਜਾਨ ਪੰਜਾਬੀਆਂ ਦੀ, ਤੇ ਵਾਂਗ ਮਸ਼ਾਲਾ ਚਿਹਰੇ ਦਗਦੇ ਨੇ ਭਲਵਾਨਾਂ ਦੇ, ਵਿੱਚ ਮੈਦਾਨੀ ਪਰਖੇ ਜਾਂਦੇ ਜ਼ੋਰ ਜਵਾਨਾਂ ਦੇ। ਜਿਹੜੇ ਮੈਚਾਂ ਵਾਲੀ ਲਿਸਟ ਜਿਹੜੇ ਵੀਰ ਕੋਲ, ਮੈਂ ਬੇਨਤੀ ਕਰਦਾ ਵੀ ਮੈਚਾਂ ਵਾਲੀ ਲਿਸਟ ਮੈਨੂੰ ਫੜਾ ਦਿਓ, ਕਿਉਂਕਿ ਮੈਂ ਜਿੱਥੇ ਦੇਖਦਾ ਵੀ ਭਦੌੜ ਦੀ ਟੀਮ ਆ ਤੇ ਉਹਨਾਂ ਦੀ ਵਿਰੋਧੀ ਟੀਮ ਜਿਹੜੀ ਖੇਡ ਰਹੀ ਆ ਭੋਤਨਾ, ਕਿਉਂਕਿ ਦੁਨੀਆ ਆਪਾਂ ਦੇਖੀਏ ਵੀ ਆਪਣੇ ਜਿਹੜੇ ਇਲਾਕੇ ਦੇ ਨੌਜਵਾਨ ਖਿਡਾਰੀ ਆ ਭੋਤਨੇ ਵਾਲੇ ਤੇ ਭਦੌੜ ਪਿੰਡ ਦੇ ਆ, ਸਤਿਕਾਰਯੋਗ ਨੌਜਵਾਨ। ਬਾਕੀ ਮੈਂ ਪਹਿਲਾਂ ਮੈਂ ਬੇਨਤੀ ਕਰਦਾ ਵੀ ਪ੍ਰਬੰਧਕ ਵੱਲੋਂ ਵੀ ਸਪੇਅਰ ਪਲੇਅਰਾਂ ਨੂੰ ਪਿੱਛੇ ਕਰੋ ਥੋੜਾ ਜਿਹਾ, ਠੀਕ ਹੈ ਜੀ, ਜਿਹਨਾਂ ਦਾ ਕੱਲ ਹੋ ਗਿਆ ਉਹ ਟੀਮਾਂ ਤਿਆਰ ਰੱਖਣ, ਵੀ ਉਹੀ ਜਿਹੜੇ ਖੇਡਣਗੇ ਨੌਜਵਾਨ। ਸਟੇਜ ਵਾਲੇ ਪਾਸੇ, ਮੇਨ ਸਟੇਜ ਵਾਲੇ ਪਾਸੇ ਜਿਹੜੀ ਟੀਮ ਆ, ਇਹ ਕਹਿੰਦੇ ਵੀ ਭੋਤਨੇ ਦੇ ਖਿਡਾਰੀ ਹੈ, ਉਹਨਾਂ ਦੀ ਵਿਰੋਧੀ ਟੀਮ ਜਿਹੜੀ ਪਧਾਉਣ। ਹਾਂਜੀ ਵੀਰ ਜੀ, ਹਾਂਜੀ, ਸਾਡੇ ਦਰਮਿਆਨ ਕੋਠੇ ਸਰਾਵਾਂ ਤੋਂ ਸਰਪੰਚ ਬੇਅੰਤ ਸਿੰਘ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ, ਸਾਬਕਾ ਸਰਪੰਚ ਸੁਖਦੇਵ ਸਿੰਘ ਜੀ ਭੁੱਲਰ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ, ਅਸੀਂ ਟੂਰਨਾਮੈਂਟ ਕਮੇਟੀ ਬਣੀ ਉਹਨਾਂ ਦਾ ਜਿਉਂ ਆਖਦੇ। ਹੈਲੋ, ਉਧਰਲੇ ਪਾਸੇ ਭਾਂਜੜਾ ਮੈਚ ਪਧਾਉਣ ਦੀ ਟੀਮ ਦਾ, ਕਹਿੰਦੇ ਵੀ ਆਹ ਗੱਭਰੂ ਜਿਹੜਾ ਪਧਾਉਣ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਜਿੱਥੇ ਮੈਂ ਦੇਖਦਾ ਵੀ ਨੌਜਵਾਨ ਦਾ ਨਾਂ ਕੁਲਵਿੰਦਰ ਸਿੰਘ ਕਿੰਦਰੀ ਆ, ਦੂਜੇ ਪਾਸੇ ਸਾਡੇ ਵੀਰ ਭੋਤਨੇ ਵਾਲੇ ਜਾਫੀ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਸਫਲਤਾ ਜਿਹੜੇ ਨੌਜਵਾਨ ਧਾਵੀ ਦੇ ਕਦਮਾਂ ਨੂੰ ਜਿਹੜੀ ਚੁੰਦੀ ਹੋਈ। ਆਪਾਂ ਕਬੱਡੀ ਦੇ ਜਿਹੜੇ ਮੈਚ ਆ ਗਏ ਨੇ, ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਦੇਖੋ ਵਾਢੀਆਂ ਸ਼ਿੰਗਾਰੀਆਂ, ਉਹ ਲੱਗਣਾ ਮੈਦਾਨ ਵਿੱਚ ਜ਼ੋਰ ਅੱਡੀ ਚੋਟੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਕਬੱਡੀ ਦਾ। ਇੱਕ ਪਾਸੇ ਭਦੌੜ ਵਾਲੇ ਮੁੰਡੇ ਨੇ ਪੂਰੀ ਕੋਸ਼ਿਸ਼ ਕੀਤੀ ਹੈ, ਲੈ ਉਧਰਲੇ ਪਾਸੇ ਜੱਫਾ ਜਿਉਂ ਹੀ ਮਾਰਿਆ ਕੁੱਟ ਫੜ ਕੇ ਮਾਰੀ ਹੋਈ ਕੈਂਚੀ ਆ। ਸਾਰੇ ਵੀਰਾਂ ਦਾ, ਨੌਜਵਾਨ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ, ਸਾਡੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋਏ ਆ ਸਤਿਕਾਰਯੋਗ ਨੌਜਵਾਨ ਕਿੰਦਰੀ ਵਰਗੇ ਨਿੰਦਰ ਬਹਿ ਜਾਓ ਮੁੰਡੇ, ਕਿ ਮੈਂ ਬੇਨਤੀ ਕਰਦਾ ਕਲੀਆਂ ਨੂੰ, ਬੇਨਤੀ ਹੈ ਵੀ ਉਧਰ ਜਿਹੜੇ ਬਾਕਸ ਬਣਾ ਦੋ ਸਾਰੇ ਸਤਿਕਾਰਯੋਗ ਮਿੱਤਰਾਂ ਨੂੰ, ਮੈਂ ਬੇਨਤੀ ਕਰਦਾ ਸਾਡੇ ਰੈਫਰੀ ਸਾਹਿਬਾਨਾਂ ਨੂੰ, ਬਾਈ ਇੰਦਰ ਮੀਨ ਸੱਦੋਵਾਲ, ਤਰਸ਼ੇਮ ਸਰਾਉਣ, ਨਾਲ ਮੈਂ ਦੇਖਦਾ ਵੀ ਰੂਪਾ ਹਠੂਰ ਸਾਡੀ ਜ਼ਿੰਦਗੀ ਦਾ ਜੀਜ ਮਿੱਤਰਾ, ਉਧਰਲੇ ਪਾਸੇ ਸਾਡਾ ਵੀ ਢਿਲਵਾਂ ਵਾਲਾ ਪ੍ਰਗਟ, ਉਹ ਵੀ ਵਿਸ਼ੇ ਤੌਰ ਤੇ ਪਹੁੰਚਿਆ, ਬੜੇ ਪਿਆਰੀ ਸਾਡੀ ਸ਼ਖਸੀਅਤ ਬਾਈ ਡਾਕਟਰ ਨੰਦ, ਚਾਹੇ ਉਹ ਕੋਗੇ ਨਗਰਾ ਕੰਗ, ਮੈਨੂੰ ਦੱਸਿਆ ਵੀ ਮੇਰਾ ਨਗਰੀ ਜਿਹੜਾ ਟੱਲੇਵਾਲ ਆ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। 70 ਕਿਲੋ ਦੇ ਮੁਕਾਬਲੇ ਜਿਹੜੇ ਚੱਲਦੇ ਨੇ, ਚਲੇ ਵੀ ਮੁੰਡਿਆ ਕਬੱਡੀ ਪਾ ਕੇ ਰਾ ਗੱਭਰੂ ਪਾਊਗਾ, ਬਾਕਸ ਬਣਾ ਦਿਓ ਜੀ। ਮੈਚ ਦੀ ਜਿਹੜੀ ਇਹ ਸਮਾਪਤੀ ਹੈ ਜੀ, ਮੈਚ ਦੀ ਸਮਾਪਤੀ ਹੈ, ਪਰ ਕੋਈ ਤਰਾਂ ਜੇ ਤੇ ਲੱਗਿਆ ਪਿਆ, ਮੈਨੂੰ ਪ੍ਰਬੰਧਕਾਂ ਨੇ ਦੱਸਿਆ ਹੈਗਾ ਵੀ ਜਿਹੜੇ ਤੇ ਤਰਾਂ ਜਾ ਭਾਈ ਹੋ ਜਾਗੇ ਤਰਾਂ ਸਹੀ ਕਰੋ, ਅਗਲੇ ਮੈਚਾਂ ਦੀ ਮੈਨੂੰ ਲਿਸਟ ਦਿਓ ਜੀ ਇੱਕ ਵਾਰੀ, ਜਿਹੜੇ ਵੀਰਾਂ ਕੋਲੇ ਆ। ਡਾਕਟਰ ਨਾਥ ਬਾਈ ਸੈਕਟਰੀ ਸਾਹਿਬ, ਮੈਂ ਬੇਨਤੀ ਕਰਦਾ ਵੀ ਜਿਹੜੀ ਆਪਣੇ ਕੋਲੇ ਲਿਸਟ ਆ ਮੈਚਾਂ ਦੀ, ਉਹ ਕਿਹੜੇ ਕੋਲੇ ਆ? ਹਾਂਜੀ, ਉਹਨੇ ਆ ਜਾਓ ਸਾਹਮਣੇ, ਠੀਕ ਹੈ ਬਾਈ ਜੀ। ਹਾਂਜੀ, ਇੱਕ ਤੁਹਾਨੂੰ ਖੁਸ਼ਖਬਰੀ ਹੋਰ ਦੱਸ ਰਹੇ ਹਾਂ,
जो भी इतने केसाधारी खिडारी खेडते हैं कल भी 70 किलो के खिडारियों सरोपा 100 रुपए नाल सन्मानित किया सी सरदार बेअंत सिंह दत्त कोठे सरान टिब्बे गुरमेल सिंह दत्त पांच कोठे सरान टिब्बे कल तो लैके 70 किलो टीम जिन्हें भी केसाधारी खिडारी खेडते हैं उन्हें सन्मान एक सरोपा 100 रुपए नाल सन्मानित किया सी। इस तरह ही अज कबड्डी ओपन के जिन्हें केसाधारी खिडारी आने उन्होंने भी केसाधारियों सन्मानित करेंगे। गेला सिंह दत्त पंच कोठे सरां हैलो हाँ जी बेनती है भी जेड़े मुंडे ते दराज लग्या सी कृपा करके साढ़े चार जो वीर बेनती है भी एक बेटी जाके संपर्क हुण इहदा मैच लगना भी अलकड़े की टीम ते कहिंदे भी हठूर का मुकाबला जिहड़ा लगना है 70 किलो के मुकाबले आ जेड़े मुंडे ते दराज आ कृपा करके बेनती है भी दराज कमेटी कोले पहुंचे साढ़े जिन्हें भी उधर कबड्डी 365.com सारी उन्होंने टीम प्रदीप ते हैप्पी अर्गे भाई सिल्वरा वाले भाई जी बेनती है भी जेड़े वीर ते दराज आ भाई बेट कमेटी कोले पहुंचे निंदरी वीर जेड़े वीर ते दराज आ मैच बैक मैच करवाउणा हजे काली को करदे आ ठीक है दो मिनट खड़ दिओ वीर बन के जां सह जाओ दिओ सत्कारयोग नौजवानों नूं बेनती है मनप्रीत अतराज वाले तू साइड ते ले जा आप इधर चला लिए कम हाँ पास ते ले जाना हुण जिहड़ा मैच आप हठूर की टीम अलकड़िया का मैच जिहड़ा वेख रहे आ अज बड़िया रौनक लगिया ने बड़ी पावन मित्र धरती है टल्ले की पहली कबड्डी हठूर वाले मुंडे की पै रही है स्टेज वाले पासे माइक बंद कर लो जी चौथा बंदा नहीं साडे कोले जरा दराज लगदा दूजा बंदा नहीं पहुंच रहा जी बंदा वध होया टीम कट देनी सी हेलो लो जी हठूर की टीम दायरे दे बैठे नौजवान मेरे बुजुर्ग बच्चे पहला जी हठूर खेड रही है स्टेज वाले पासे है ते इधरले पासे जी खेड रही है खेत वाला पासा ते ये नौजवान अलकड़िया वाले आ अलकड़िया वाला रणजीत सिंह घोड़ा कबड्डी पाउण दे लई वादा होया गोल गोल दायरा विच छंदे तो दिसदे चढ़ जांदा चा जद खिडारी विच दिसदे जावा बलहारी जी ने कांधे कढ़ी खेडणी कबड्डी यारो खेडणी कबड्डी उधरले पासे मैं जिथे हठूर दे नौजवान तारी वर्गे साडे वी रूपे वर्गे आ आ नौजवान मैं जिथे देखदा भी बब्बू कबड्डी पाउण दे लई वादा होया हठूर दी टीम वल्लों एक प्लेयर बाहरले पिंडां दा खिडारी आ हेलो जीते आ गेट ते खड़े यार वादू बंदा इतों एंटर कदों होण दिंदे होवे जिहड़े बंदे ने खिडारी वीर है बस ओही अंदर आउंदे अंदर नाल ही बंदा एंटर ना होण दिओ ग्राउंड च वीर बड़े रिक्वेस्ट है साडी हेलो लो इधरले पासे जिहड़ा सिख सरदार कबड्डी पा रहा है ਇਹ ਨੌਜਵਾਨ ਕਹਿੰਦੇ ਵੀ ਜੈਤੋ ਪਿੰਡ ਦਾ ਹੈਗਾ ਅੱਜ ਧਾਰਾ ਮੰਗਿਆ ਜੈਤੋ ਵਾਲਿਆਂ ਤੋਂ ਵੀ ਸਾਡੇ ਅਲਕੜੇ ਵੱਲੋਂ ਕਬੱਡੀ ਪਾਉਣੀ ਹੈ ਪਹਿਲੋ ਉਹ ਭਾਈ ਦੁਨੇ ਟੀਮਾਂ ਕੱਟ ਦੋ ਪਧੌੜ ਦੇ ਪੋਤਰਾ ਦੁਨੇ ਟੀਮਾਂ ਕੱਟ ਦੋ ਯਾਰ ਰੌਲਾ ਪਾ ਲੈਂਦੇ ਉਹਨਾਂ ਨੂੰ ਦੁਨੇ ਟੀਮਾਂ ਕੱਟ ਦੋ ਨਾਲ ਦੀ ਨਾਲ ਹਾਂਜੀ ਭਾਈ ਦੁਨੇ ਟੀਮਾਂ ਕੱਟ ਦੋ ਪਧੌੜ ਦੇ ਪੋਤਰਾ ਦੁਨੇ ਟੀਮਾਂ ਨਾਲ ਦੀ ਨਾਲ ਕੱਟ ਦੋ ਐਂਟਰੀ ਹੋਣੀਆਂ ਚਾਹੀਦੀਆਂ ਅਸਲ ਦੁਨੇ ਟੀਮਾਂ ਕੱਟ ਦੋ ਕਮੇਟੀ ਦਾ ਫੈਸਲਾ ਹੈਗਾ
ਆਪਦਾ ਰੌਲਾ ਪਾ ਲੈਣ ਦੋ, ਦੋਨੇ ਟੀਮਾਂ ਠੀਕ ਹੈ ਬਾਈ। ਉਹ ਸਾਡੇ ਸਤਿਕਾਰਯੋਗ ਨੌਜਵਾਨ ਜਿਹੜਾ ਫੈਸਲਾ, ਤੇ ਇਧਰਲੇ ਪਾਸੇ ਕਬੱਡੀ ਦਾ ਮੈਚ ਵੀ ਚੱਲ ਰਿਹਾ। ਰਣਜੀਤ ਸਿੰਘ ਘੋੜਾ ਕਬੱਡੀ ਪਾ ਰਿਹਾ, ਇੱਕ ਪਾਸੇ ਘੋੜਾ ਕਬੱਡੀ ਅਲਕੜੇ ਵਾਲਾ ਪਾ ਰਿਹਾ, ਪਰ ਦੂਜੇ ਪਾਸੇ ਮੈਂ ਦੇਖਦਾ ਵੀ ਹਠੂਰ ਵਾਲਾ। ਲੈ ਵੀ ਰੌਂਤੇ ਪਿੰਡ ਵਾਲਾ ਮੁੰਡਿਆ ਪਾ ਦੇ ਕਬੱਡੀ, ਲੈ ਵੀ ਸਾਊਂਡ ਵਾਲਾ ਨੌਜਵਾਨਾਂ ਮਾੜਾ ਜਿਹਾ ਸੈੱਟ ਕਰ ਲਾ, ਬਾਲਟੀਆਂ ਬੁਲਟੀਆਂ ਘੁਮਾਲ ਆਪਣੀਆਂ ਥੋੜੀਆਂ ਜਿਹੀ ਧਿਆਨ ਦੇਈ, ਕਿਉਂਕਿ ਉਦੋਂ ਬਾਅਦ ਓਪਨ ਦੇ ਮੈਚ ਵੀ ਚੱਲਣੇ ਆ। ਉਧਰਲੇ ਪਾਸੇ ਰੌਂਤਾ ਪਿੰਡ ਆ ਰੇਡਰ ਦਾ ਬੱਬੂ ਦੀ ਪਈ ਕਬੱਡੀ ਮੈਦਾਨ ਦੇ ਵਿੱਚ। ਹਾਂਜੀ, ਉਧਰ ਜਿੱਥੇ ਕਬੱਡੀ ਓਪਨ ਦਾ ਫਸਟ ਪ੍ਰਾਈਜ ਆ ਸਾਡੇ ਬਾਈ ਸਰਦਾਰ ਦਲਵਾਰ ਸਿੰਘ ਜੀ ਰੰਧਾਵਾ, ਜੋਧੀ ਕੇ ਉਹਨਾਂ ਦੇ ਪਰਿਵਾਰ ਵੱਲੋਂ ਦੂਸਰਾ ਨਾਮ ਸਾਡੇ ਵਿਚਕਾਰੀ ਹੁਣੀ ਜਿਹੜੇ ਪਹੁੰਚ ਰਹੇ ਨੇ, ਸਵਰਗਵਾਸੀ ਸੁਰਜੀਤ ਸਿੰਘ ਜੀ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਬਰਨਾਲਾ, ਸਵਰਗਵਾਸੀ ਸਰਦਾਰ ਜਗੀਰ ਸਿੰਘ ਜੀ ਪੂਨੀਆ ਗੈਨੀ, ਉਹਨਾਂ ਦਾ ਪਰਿਵਾਰ ਜਿਹੜਾ ਸਾਡੇ ਵਿਚਕਾਰ ਜਿਹੜਾ ਪਹੁੰਚ ਰਿਹਾ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰ ਰਹੇ ਹਾਂ। ਉੱਥੇ 70 ਕਿਲੋ ਦਾ ਪਹਿਲਾ ਨਾਮ ਬਾਈ ਸੁਖਪਾਲ ਸਿੰਘ ਜੀ ਧਾਲੀਵਾਲ ਆਰਤੀਏ, ਸੈਕਿੰਡ ਨਾਮ ਬਾਈ ਜਿਹੜਾ ਮੈਂ ਦੇਖਦਾ ਵੀ ਨੇਕ ਸਿੰਘ ਜੀ ਮਲਕਾਣਾ। ਉੱਥੇ ਪਹਿਲਾ ਕਬੱਡੀ ਦਾ ਜਿਹੜਾ ਇਨਾਮ ਜਿੱਥੇ ਆਪਾਂ ਦੇਖਿਆ ਵੀ 5100 ਰੁਪਏ ਜਿਹੜੇ ਛੋਟੇ ਵਜਨੀ ਮੁਕਾਬਲੇ ਜਿਹੜੇ ਕਰਵਾਏ ਸੀ, ਉਹ ਸਾਡੇ ਵੀਰ ਕਰਨ ਕੈਨੇਡਾ ਜੀ ਅਤੇ ਮਾਨਯੋਗ ਸਰਦਾਰ ਸਾਧੂ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਕਰਦਾ। ਬਾਈ ਗੁਰਦੀਪ ਸਿੰਘ ਜੀ ਜਿੰਨੇ ਵੀ NRI ਵੀਰ ਆ ਸਾਰੇ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ। ਕਬੱਡੀ 365.com ਸਾਡੇ ਵੀਰ ਪ੍ਰਦੀਪ ਟੈਣੇ ਵਰਗੇ ਉਹਨਾਂ ਦਾ ਵੀ ਧੰਨਵਾਦ। ਲੋ ਅਲਕੜਿਆਂ ਵਾਲੇ ਨੌਜਵਾਨ ਦੀ ਪਈ ਹੋਈ ਮੈਦਾਨ ਦੇ ਵਿੱਚ ਕਬੱਡੀ ਆ। ਹੈਲੋ ਹੈਲੋ ਹਾਂਜੀ ਹੈਲੋ, ਉਹ ਗੋਰੇ ਉਹ ਵਲੰਟੀਅਰ ਵੀਰ ਤੁਸੀਂ ਸਾਰੇ ਟਰਾਲੀ ਕੋਲੇ ਇਕੱਠੇ ਹੋ ਗਏ ਯਾਰ, ਕੀ ਗੱਲ ਆ ਗਈ? ਹੈਲੋ, ਤੇ ਨਾਲ ਹੀ ਬੇਨਤੀ ਹੈ ਵੀ ਜਿੱਥੇ ਆਪਾਂ ਕਬੱਡੀ ਦੇ ਮੁਕਾਬਲੇ ਲਓ, ਉਧਰਲੇ ਪਾਸੇ ਰੌਂਤੇ ਵਾਲਾ ਬੱਬੂ ਕਹਿੰਦੇ ਵੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਖਾੜਿਆ ਅੱਗੇ, ਚਿਹਰੇ ਦਗਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲੁਸਕਾ ਕੇ, ਇਹ ਦੁਨੀਆ ਪਹੁੰਚੀ ਜਾਂਦੀ ਏ ਦੂਰੋਂ ਨੇੜੋਂ ਹੁਮ ਹਵਾ ਕੇ, ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ। ਉਧਰਲੇ ਪਾਸੇ ਸਵਰਗਵਾਸੀ ਮਾਨਯੋਗ ਸੁਰਜੀਤ ਸਿੰਘ ਜੀ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਬਰਨਾਲਾ, ਸਵਰਗਵਾਸੀ ਜਗਸੀਰ ਸਿੰਘ ਜੀ ਪੂਨੀਆ ਗੈਨੀ ਜੀ, ਉਹਨਾਂ ਦੇ ਪਰਿਵਾਰ ਦੇ ਜਿੰਨੇ ਵੀ ਅਹੁਦੇਦਾਰ ਮੈਂਬਰ ਸਾਡੇ ਵਿਚਕਾਰ ਜਿਹੜੇ ਪਹੁੰਚ ਰਹੇ ਆ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਾਡੀ ਪ੍ਰਬੰਧਕ ਕਮੇਟੀ ਵੱਲੋਂ, ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ, NRI ਵੀਰਾਂ ਵੱਲੋਂ, ਸਾਰੇ ਨਗਰ ਵੱਲੋਂ ਉਹਨਾਂ ਨੂੰ ਵੀ ਜੀ ਆਇਆਂ ਕਹਿਣ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਸਤਿਕਾਰਯੋਗ ਵੀਰ ਬਾਈ ਬਲਾਹੌਰ ਜੇਤੂ ਆ, ਤਰਾਜ ਗੱਲ ਤਾਂ ਕਿ ਤਰਾਜ ਵੀ ਸਾਡੇ ਕੋਲੇ ਰੱਖ ਲਓ, ਫੋਟੋ ਹੈਗੀ ਆ ਬੰਦੇ ਦੀ ਆਪਣੇ ਕੋਲੇ, ਕੋਈ ਵੀ ਦੇ ਸਕਦਾ, ਫੋਟੋ ਹੈਗੀ ਆ ਬਲਾਹੌਰ ਜੇਤੂ ਆ। ਹੈਲੋ ਹੈਲੋ ਬਾਈ, ਪੋਜਣ ਵਾਲਿਆਂ ਨੂੰ ਜਿਹੜਿਆਂ ਨੂੰ ਡਾਊਟ ਆ ਜਾ ਕੇ ਫੋਟੋ ਦੇਖ ਲੈਣ, ਫੋਟੋ ਹੈਗੀ ਆ ਜੀ ਬਾਈ ਨੇ ਕਰਨਾ। ਹੈਲੋ, ਉਹ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਯਾਰ, ਕੁਰਸੀਆਂ ਦਾ ਵਿਲੀਅਰ ਖਵਾ ਲਿਆ ਕਰੋ ਕੋਈ ਯਾਰ, ਤੁਸੀਂ ਤਾਂ ਆਪੋ ਤਾਂ ਹੋਏ ਫਿਰਦੇ ਹੋ ਸਾਰੇ ਯਾਰ। ਹੈਲੋ, ਚਲੋ ਸਾਡਾ ਕੋਈ ਖਾਸ ਮਹਿਮਾਨ ਹੁੰਦਾ, ਕੁਰਸੀ ਕੋਈ ਫੇਲੀ ਨਹੀਂ, ਵਲੰਟੀਅਰ ਵੀਰਾਂ ਨੂੰ ਬੇਨਤੀ ਆ, ਕੀ ਕਰਦੇ ਤੁਸੀਂ ਯਾਰ ਇਹ? ਠੀਕ ਹੈ ਜੀ, ਇਧਰਲੇ ਪਾਸੇ ਰਣਜੀਤ ਸਿੰਘ ਘੋੜਾ ਕਬੱਡੀ ਬਾਰ। ਹਾਂਜੀ, ਸਾਡੇ ਦਰਮਿਆਨ ਸਵਰਜੀਤ ਸਿੰਘ ਸਾਬਕਾ ਸਰਪੰਚ, ਸਵਰਜੀਤ ਸਿੰਘ ਸੁਰਜੀਤ ਸਿੰਘ ਦਾ ਲੜਕਾ, ਉਹ ਸਾਡੇ ਦਰਮਿਆਨ ਪਹੁੰਚ ਚੁੱਕਿਆ। ਮਕਾਨ ਸਿੰਘ ਪੂਣੀਆਂ ਜਿਨ੍ਹਾਂ ਦਾ ਦੂਜਾ ਨਾਮ ਰੱਖਿਆ ਹੋਇਆ, ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ। ਅਸੀਂ ਉਹਨਾਂ ਦਾ ਸਮੂਹ ਕਮੇਟੀ ਵੱਲੋਂ, ਨਗਰ ਨਿਵਾਸੀਆਂ ਵੱਲੋਂ ਜਿਉਂ ਆਇਆ ਆਖਦੇ ਹਾਂ। ਹਾਂਜੀ, ਬੇਨਤੀ ਹੈ ਜਿਹੜੀਆਂ ਟਾਚਾਂ ਅਸੀਂ ਕੱਢੀਆਂ ਦੂਜੇ ਮੈਚ ਨੇਗੇ ਉਹ ਇਸ ਪ੍ਰਕਾਰ ਹਨ। ਠੀਕ ਹੈ ਬਾਈ ਜੀ, ਉਧਰ ਕਾਰਜੋਗ ਮਿੱਤਰਾਂ ਸਾਡੇ ਸਾਰਿਆਂ ਦਾ, ਕਿਉਂਕਿ ਮੈਂ ਅਧਿਆਪਕ ਦਾ ਨਾਂ ਜਾਣਦਾ, ਪਲੇਅਰਾਂ ਨੂੰ ਤਾਂ ਜਾਣਦਾ, ਸਾਡੇ ਨੌਜਵਾਨ ਬਾਈ ਐਂਟਰੀ ਵਾਲੇ ਸਾਰੇ ਤੁਹਾਡਾ ਧੰਨਵਾਦ ਬਾਈ, ਤੁਸੀਂ ਵੀ ਜ਼ਿੰਮੇਵਾਰੀ ਨਿਭਾ ਰਹੇ ਹੋ। ਕੋਈ ਮੁੰਡਾ ਐਂਟਰੀਆਂ ਵਾਲਾ, ਕੋਈ ਪਰਚੀਆਂ ਪਾ ਰਿਹਾ, ਆ ਜੈਤੋ ਵਾਲਾ ਮੁੰਡਾ ਰੇਡਰ ਜਿਹੜਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਸਮਾਂ, ਪਰ ਇਧਰਲੇ ਪਾਸੇ ਹਠੂਰ ਵਾਲਾ ਨੌਜਵਾਨ ਹਿੰਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹੈਲੋ ਅਭੀਰ ਜੀ, 2 ਮਿੰਟ ਮੈਕ ਬੰਦ ਕਰ ਦਿਓ ਜੀ। ਓਕੇ,
ਠੀਕ ਹੈ ਜੀ। ਇਧਰ ਕਬੱਡੀ ਦੇ ਮੈਚ ਵੀ ਚੱਲ ਰਹੇ ਨੇ, ਲੈ ਵੀ ਰੁਪਏ ਅੱਜ ਦੇਖਦੇ ਆ ਮੁਕਾਬਲੇ। ਬਾਈ ਹਰਜੀਤ ਬਾਈ ਟਰੈਕਟਰ ਮਾੜਾ ਜਿਹਾ ਮਗਰ ਕਰ ਲਾ ਯਾਰ ਵੀਰੇ। ਹੈਲੋ ਸਾਰੇ ਨਗਰ ਦਾ ਸਹਿਯੋਗ ਆ, ਪਰ ਮੈਂ ਬੇਨਤੀ ਕਰਦਾ ਵੀ ਕਿਉਂਕਿ ਆਪਾਂ ਪਿਆਰ ਦੇ ਨਾਲ ਹੀ ਜਿਹੜਾ ਟੂਰਨਾਮੈਂਟ ਨਿਪੜੇ ਜਿਹੜਾ ਚਾਹੁੰਦਾ, ਸਾਰੇ ਸਰਕਾਰ ਦੇ ਨਾਲ ਹੀ ਜਿੰਨੇ ਵੀ ਸਾਡੇ ਨੌਜਵਾਨ ਆ ਕਬੱਡੀ ਦੇ ਜਿਹੜੇ ਮੈਚ, ਜਦੋਂ ਦਾ ਵਰਲਡ ਕਬੱਡੀ ਕੱਪ ਹੋਣ ਲੱਗਿਆ ਉਦੋਂ ਦਾ ਇਹ ਖੇਡ ਵਿੱਚ ਆ ਗਿਆ ਸਰਦਾਰ ਜੀ। ਸਵਾ ਲੱਖ ਬਣ ਜਾਵੇ ਅੱਧੇ ਮਿੰਟ ਵਿੱਚ, ਹੋਰਾਂ ਨਹੀਂ ਉਹ ਦੁਨੀਆ ਦੇ ਐਸਾ ਕਾਰੋਬਾਰ ਜੀ, ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਜਿਹਨਾਂ ਮਾਪਿਆਂ ਦੇ ਪੁੱਤ ਬਣਦੇ ਸਟਾਰ ਜੀ ਤੇ ਵਧਾਉਣ ਵਾਲਾ, ਜਿਹੜੇ ਕਦੇ ਤਰਸਦੇ ਸੀ ਸਾਈਕਲਾਂ ਨੂੰ ਵੋਲਟਾਂ ਤੇ ਗੱਡੀਆਂ ਦੇ ਹੋਏ ਫਿਰਦੇ ਸਵਾਰ ਦੀ, ਆਹ ਮੁੰਡਾ ਜੈਤੋ ਵਾਲਾ ਸੰਮਾ ਹਠੂਰ ਦਾ ਜਾਫੀ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ, ਪਰ ਪੁਆਇੰਟ ਜਿਹੜਾ ਰੇਡਰ ਦੇ ਲਈ ਚੜਦਾ ਹੋਇਆ, ਨੌਜਵਾਨ ਅਲਕੜਿਆਂ ਦੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਹੁੰਦਾ ਹੋਇਆ। ਹੈਲੋ ਹਾਂਜੀ ਬਾਈ, ਹੈਲੋ ਬਾਈ, ਕੱਲ ਜੇ ਕਿਸੇ ਦੀ ਮੋਟਰਸਾਈਕਲ ਦੀ ਚਾਬੀ ਲੱਭੀ ਆ ਸਾਡੇ ਕੋਲੋਂ ਆ ਕੇ ਲੈ ਸਕਦਾ, ਕੱਲ ਕਿਸੇ ਦੀ ਮੋਟਰਸਾਈਕਲ ਦੀ ਚਾਬੀ ਡਿੱਗੀ ਆ ਉਹ ਸਾਡੇ ਕੋਲੋਂ ਆ ਕੇ ਲੈ ਸਕਦਾ। ਉੱਥੇ ਮਾਨਯੋਗ ਸਾਡੇ ਵੀਰ ਸਵਰਗਵਾਸੀ ਸੁਰਜੀਤ ਸਿੰਘ ਜੀ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਬਰਨਾਲਾ, ਉਹਨਾਂ ਦੇ ਪੁੱਤਰ ਬਾਈ ਸਰਨਜੀਤ ਸਿੰਘ ਜੀ ਕੈਨੇਡੀਅਨ ਸਾਡੇ ਵਿਚਕਾਰ ਜਿਹੜੇ ਪਹੁੰਚ ਚੁੱਕੇ ਆ, ਬਹੁਤ ਬਹੁਤ ਧੰਨਵਾਦ ਸਾਡੇ ਨੌਜਵਾਨ ਮਿੱਤਰਾਂ ਦੇ। ਹੈਲੋ ਬਾਈ, ਇੱਕ ਮੈਕ ਹੋਰ ਹੈਗਾ, ਮੈਕ ਇੱਕ ਹੋਰ। ਹੈਲੋ ਬਾਈ, ਆ ਜਿਹੜੇ ਪੱਲਿਆਂ ਦੇ ਨਾਲ ਮੋਟਰਸਾਈਕਲ ਖੜਿਆ ਸਾਈਡ ਤੇ ਕਰ ਦਿਓ, ਵੀਰ ਬਣ ਕੇ ਬੇਨਤੀ ਆ, ਇਹਦੇ ਜਾਲ ਲਵਾਉਣਾ ਯਾਰ ਅਸੀਂ। ਹੈਲੋ, ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਵੀਰ। ਲਓ ਆਪਾਂ ਕਬੱਡੀ ਦੇ ਜਿਹੜੇ ਮੈਚ ਹੁਣ ਵੇਖਦੇ ਆ, ਕਿਉਂਕਿ ਜੇ ਕੋਈ ਜ਼ਰੂਰੀ ਕਾਰਵਾਈ ਹੈ ਨੌਜਵਾਨ ਨੂੰ ਤਾਲਮੇਲ ਦੇ ਨਾਲ ਆਪਾਂ ਜਿਹੜੀ ਪੂਰੀ ਕਰੀਏ, ਕਿਉਂਕਿ ਕੋਈ ਇਤਰਾਜ ਲੱਗ ਜਾਂਦਾ ਗਾ। ਮੈਚ ਵਧੀਆ ਚੱਲ ਰਿਹਾ, ਅਗਲੇ ਮੈਚਾਂ ਲਈ ਮੈਂ ਬੇਨਤੀ ਕਰਦਾ ਵੀ ਕੋਟੜਾ ਕਲਾਂ ਦੇ ਕਲਾਲੇ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ, ਵਧਾਉਣ ਦੀ ਟੀਮ ਤੇ ਬੀਲਾ, ਜਿਹੜੀ ਟੀਮ ਮੈਚ ਜਿਹੜਾ ਚੱਲ ਰਿਹਾ ਇਹਨਾਂ ਦੇ ਵਿੱਚ ਜਿੱਤੂਗੀ ਉਹ ਟੱਲੇਆਲ ਦੇ ਨਾਲ ਖੇਡੂਗੀ ਇਹ ਕੁਆਟਰ ਦੇ ਮੈਚ। ਬਹੁਤ ਬਹੁਤ ਧੰਨਵਾਦ ਬਾਈ ਸਰਨਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਕੈਨੇਡੀਅਨ ਸਾਡੇ ਵਿਚਕਾਰ ਪਹੁੰਚੇ ਆ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਕਬੱਡੀ। ਹਾਂਜੀ ਬਾਈ ਜੀ, ਬਾਈ ਕੌਰੀ ਯਾਰ ਆਪਣਾ ਮੋਟਰਸਾਈਕਲ ਪਿੱਛੇ ਕਰੀ ਯਾਰ, ਇੱਕ ਮੋਟਰਸਾਈਕਲ PV19J60 PV19E63 25 PV19C60 04 PV29 63 03 PV24B49 50 ਵੀਰ ਬਣ ਕੇ ਨਾ ਸਾਰੇ ਮੋਟਰਸਾਈਕਲਾਂ ਨੂੰ ਬੇਨਤੀ ਆ ਵੀ ਸਾਈਡ ਤੇ ਕਰ ਦੇਣ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਆ, ਕਿਉਂਕਿ ਜਿਹੜੀ ਜ਼ਰੂਰੀ ਬੇਨਤੀਆਂ ਵੀ ਬੋਲੀ ਆ, ਇਹ ਕਬੱਡੀ ਦੇ ਜਿਹੜੇ ਮੈਚ ਚੱਲਦੇ 70 ਕਿਲੋ ਦੇ ਕੱਲ੍ਹ ਤੋਂ ਲੈ ਕੇ, ਥੋੜੇ ਜਿਹੇ ਮੌਸਮ ਦਾ ਕਰਕੇ ਜਿਹੜਾ ਆਪਾਂ ਦੇਖਿਆ ਸੀ ਵੀ ਲੇ ਦੇਰੀ ਦੇ ਨਾਲ ਸਟਾਰਟ ਹੋਈ ਆ, ਚਾਹੇ ਕੰਮ ਦੀ ਯਾਰ ਖਿੱਚਾ, ਪਰ ਫਿਰ ਵੀ ਕਬੱਡੀ ਦੇ ਵੱਡੇ ਪਰਾਲੇ ਆ ਸਾਡੇ ਨੌਜਵਾਨਾਂ ਦਾ ਵੱਡਾ ਪਿਆਰ ਆ। ਲੋ ਜੈਤੋ ਦੇ ਪੈਂਦੇ ਵੀ ਭਾਊ ਨੂੰ ਪੂਰੀ ਦੁਨੀਆ ਜਾਣਦੀ ਸੀ, ਕੇਵਲ ਵੀ ਅੱਜ ਕੱਲ੍ਹ ਗਰਾਊਂਡਾਂ ਦੇ ਵਿੱਚ ਵੱਡੀਆਂ ਸਮਾਵਾਂ ਦਿੰਦਾ ਗਾ, ਜਿੱਥੇ ਆਓ ਕਬੱਡੀ ਦੇ ਜਿਹੜੇ ਮੈਚ ਸਾਡਿਆਂ ਪਿੰਡਾਂ ਦੇ ਮੁੰਡੇ ਖੇਡਦੇ, ਕਬੱਡੀ ਨਹੀਂ ਇਹਦੇ ਵਿੱਚ ਲੰਘਦੀ, ਸਪਾਰਸਨਾ ਵੱਡੀ ਨਹੀਂ, ਸਾਨਾ ਵਾਂਗ ਭਿੜ ਕੇ ਤਾਂ ਲੈਣਾ ਪੈਂਦਾ ਅੰਕ, ਪਤਾ ਲੱਗਦਾ ਮੈਦਾਨ ਵਿੱਚ ਜ਼ੋਰ ਦਾ। ਲੋ ਜੈਤੋ ਵਾਲਾ ਸੰਮੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਉਧਰਲੇ ਪਾਸੇ ਹਠੂਰ ਦਾ ਨੌਜਵਾਨ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਸੀ, ਪਰ ਸਾਡੇ ਤਰਸੇਮ ਜੀ ਦਾ ਫੈਸਲਾ ਵੀ ਪੁਆਇੰਟ ਜਿਹੜਾ ਰੇਡਰ ਦੇ ਲਈ ਜੁੜਦਾ ਹੋਇਆ, ਪੁਆਇੰਟ ਸੁਖਬਰੂ ਦੇ ਲਈ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਹਿੰਦਿਆ ਪਾਉਂਦੇ ਕਬੱਡੀ, ਇੱਕ ਕਹਿੰਦੇ ਵੀ ਪਿੰਡਾਂ ਪਰਜੀਆਂ ਵਾਲਾ ਵਰਲਡ ਕੱਪ ਖੇਡਿਆ, ਆਹ ਮੁੰਡਾ ਹਠੂਰ ਪਿੰਡ ਵਾਲਾ ਜਿਹੜਾ ਹਿੰਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਅੱਜ ਸਾਡੇ ਖਿਡਾਰੀ ਨੌਜਵਾਨ ਵੀਰ ਉਧਰਲੇ ਪਾਸੇ ਪੱਟੀਆਂ ਨਾਲ ਪੱਟੀਆਂ ਮਿਲ ਗਈਆਂ, ਰੰਗ ਨਾਲ ਰੰਗ ਮਿਲ ਗਿਆ ਸਹੀ, ਪਰ ਕਬੱਡੀ ਦੇ ਤਜਰਬੇ ਵੱਖੋ ਵੱਖਰੇ ਆ, ਪੁਆਇੰਟ ਧਾਵੀ ਲਈ ਜੁੜਦਾ ਹੋਇਆ, ਰੇਡਰ ਦੇ ਲਈ ਜੁੜਦਾ ਹੋਇਆ। ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਆਪਣੀ ਆਪਣੀ ਜਿਹੜੀ ਐਂਟਰੀ ਕਰਾ ਦੇਣ, ਕਬੱਡੀ ਓਪਨ ਦੇ ਜਿੰਨੇ ਵੀ ਖਿਡਾਰੀ ਵੀਰ ਆ ਉਹਨਾਂ ਨੂੰ ਬੇਨਤੀ ਹੈ
ਵੀ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਲੈ ਵੀ ਨੌਜਵਾਨ ਰਣਜੀਤ ਸਿੰਘ ਘੋੜਿਆ ਪੈ ਰਹੀ ਹੈ ਕਬੱਡੀ ਤੇ ਮੈਨੂੰ ਲੱਗਦਾ ਇੱਕ ਪਾਸੇ ਘੋੜਾ ਗਾ ਦੂਜੇ ਪਾਸੇ ਸਿੱਖ ਸਰਦਾਰ ਆ ਕਿਆ ਬਾਤ ਹੈ ਕਿਆ ਬਾਤ ਹੈ ਪਰ ਘੋੜੇ ਦੇ ਖਰਖਰਾ ਭੈੜਾ ਫੇਰੂ ਜੇ ਗਿਆਨੀ ਦਾ ਫੇਰਦਾ ਇਹ ਸਰਦਾਰ ਆ ਸਾਡਾ ਨੌਜਵਾਨ ਕਿਉਂਕਿ ਸਿੱਖ ਸਰਦਾਰ ਜਿੰਨੇ ਵੀ ਨੌਜਵਾਨ ਜਿਹੜੇ ਸਾਡੇ ਵੀਰ ਆ ਹਾਂਜੀ ਬਾਈ ਓਪਨ ਦੀਆਂ ਸਿਰਫ 32 ਟੀਮਾਂ ਹੀ ਐਂਟਰ ਕਰ ਰਹੀਆਂ ਟੀਮਾਂ ਧਿਆਨ ਦੇ ਜੀ ਸਾਡੇ ਨਾਲ ਲੈ ਵੀ ਰੁਪਿਆ ਤੂੰ ਵੀ ਧਿਆਨ ਰੱਖਿਆ ਵਾ 32 ਟੀਮਾਂ ਐਂਟਰ ਕਰ ਰਹੀਆਂ ਕਹਿੰਦੇ ਜਦੋਂ ਖੰਘ ਬਣਾਉਣੀ ਖੰਘੇ ਖੰਘ ਹਟਾਉਣੀ ਪੈਂਦੀ ਹੈ ਜਦ 21 ਪਾਉਣ ਸਰੀਕ ਦੇ 31 ਪਾਉਣੀ ਪੈਂਦੀ ਹੈ ਜੱਫਾ ਨਹੀਂ ਲੱਗਿਆ ਕਿਉਂਕਿ ਰੇਡਰ ਨੇ ਪੂਰਾ ਜ਼ੋਰ ਲਾਇਆ ਸੀ ਇੱਧਰ ਵੀ ਟੀਮ ਜਿਹੜੀ ਵਧੀਆ ਠੂਰ ਦੀ ਜੈਦੋ ਵਾਲਾ ਮੁੰਡਾ ਅਲਕੜਿਆਂ ਦੀ ਟੀਮ ਦੇ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਿੰਨੇ ਵੀ ਜਿਹੜੇ ਮੈਚ ਸੰਮੀ ਨਾਗਾ ਗੱਭਰੂ ਦਾ ਇੱਕ ਕਹਿੰਦੇ ਵੀ ਨੌਜਵਾਨ ਸਾਡਾ ਵੀ ਡਾਲੇ ਵਾਲਾ ਸੰਮੀ ਆ ਉਹ ਵੀ ਜ਼ਿੰਦਗੀ ਦਾ ਅਜੀਜ਼ ਮਿੱਤਰਾ ਆ ਸਿੱਖ ਸਰਦਾਰ ਸੰਮੀ ਉਧਰਲੇ ਪਾਸੇ ਹਠੂਰ ਵਾਲਾ ਪੁੱਠੀ ਪਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਸਫਲਤਾ ਜੈਤੋ ਵਾਲੇ 11 ਨੰਬਰ ਦੇ ਗੇੜ ਦੇ ਵਿੱਚ ਪਾਈ ਹੋਈ ਕਬੱਡੀ ਆ ਹਰੇਟ ਲਈ ਜੁੜਦਾ ਹੋਇਆ ਚੱਲ ਵੀ ਨੌਜਵਾਨ ਹਿੰਦਿਆ ਸਾਡੇ ਜਿੰਨੇ ਵੀ ਵੀਰ ਓਪਨ ਦੇ ਡਿਮੈਂਟ ਨਾਲ ਮੈਂ ਕੋਟੜਾ ਕਲਾਂ ਦੇ ਕਲਾਲਾ ਨੂੰ ਬੇਨਤੀ ਹੈ ਵੀ ਅਗਲਾ ਮੈਂ ਜਿਹੜਾ ਉਹਨਾਂ ਦਾ ਕੋਟੜਾ ਕਲਾਂ ਦੇ ਕਲਾਲਾ ਦੋਨੇ ਦੀਆਂ ਦੋਨੇ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਕੋਟੜਾ ਕਲਾਂ ਦੇ ਕਲਾਲਾ ਉਧਰਲੇ ਪਾਸੇ ਹਰਿੰਦਰ ਸਿੰਘ ਹਿੰਦਾ ਆਪਣੀ ਟੀਮ ਦੇ ਲਈ 1 ਅੰਕ ਦਾ ਓਪਨ ਵੀ ਸਿਰਫ 32 ਟੀਮਾਂ ਜਿਹੜੀਆਂ ਐਂਟਰ ਕੀਤੀਆਂ ਜਾਣਗੀਆਂ ਮੈਨੂੰ ਪ੍ਰਬੰਧਕਾਂ ਨੇ ਦੱਸਿਆ ਵੀ ਉਹ ਤੋਂ ਜ਼ਿਆਦਾ ਜਿਹੜੀ ਕੋਈ ਟੀਮ ਨਹੀਂ ਐਂਟਰ ਕੀਤੀ ਜਾਣੀ ਪਹਿਲੀਆਂ 32 ਟੀਮਾਂ ਐਂਟਰ ਜਿਹੜੀਆਂ ਕੀਤੀਆਂ ਜਾਣਗੀਆਂ ਹੈਲੋ ਪਹਿਲੇ ਮੈਚ ਦੇ ਲਈ ਅਗਲੇ ਰਾਊਂਡ ਦਾ ਕੋਟਲਾ ਦੇ ਕਲਾਲੇ ਦੀ ਟੀਮ ਪਧਾਉਣ ਤੇ ਬੀਲਾ ਟੱਲੇਵਾਲ ਦੀ ਟੀਮ ਖੇਡੂ ਜਿਹੜਾ ਮੁਕਾਬਲਾ ਚੱਲ ਰਿਹਾ ਇਹਨਾਂ ਦੇ ਵਿੱਚੋਂ ਜਿਹੜੀ ਜਿੱਤੀ ਉਹ ਧੂਰਕੋਟ ਰਸੀਦ ਦੀ ਟੀਮ ਜਿਹੜੀ 22 ਦੇ ਵਿੱਚ ਆ ਇਹ ਵੀ ਜਿਹੜੇ ਟੀਮਾਂ ਦੇ ਸਾਡੇ ਵੀਰਾਂ ਨੇ ਰਿਜ਼ਲਟ ਮੈਨੂੰ ਦੱਸਿਆ ਹੈਗਾ ਉਧਰਲੇ ਪਾਸੇ ਨੌਜਵਾਨ ਰੌਂਤਾ ਪਿੰਡ ਆ ਜਦੋਂ ਆਪਾਂ ਵਰਲਡ ਕੱਪ ਦੇਖਿਆ ਚੌਥਾ ਇਹਨਾਂ ਦੇ ਨਗਰ ਦੀ ਖਿਡਾਰੀ ਜਿਹੜੀ ਮੈਂ ਦੇਖਿਆ ਵੀ ਬਹੁਤ ਵਧੀਆ ਵਰਲਡ ਕੱਪ ਦੇ ਵਿੱਚ ਤਕੜੇ ਜਿਹੜੇ ਜੱਫੇ ਲਾਏ ਮੈਚ ਦੀ ਜਿਹੜੀ ਸਮਾਪਤੀ ਹੈ ਲੈ ਦੱਸੀ ਵੀਰ ਹਠੂਰ ਵਾਲੇ ਮੁੰਡੇ ਜਿੱਤ ਗਏ ਜਾਂ ਅਲਕੜਿਆਂ ਵਾਲੇ ਜਿੱਤ ਗਏ ਇਸ ਸਮੇਂ ਨੇ ਦੱਸਣਾ ਨੋਟ ਕਰੋ ਜੀ ਇਹਦੇ ਵਿੱਚੋਂ ਜਿਹੜੀ ਟੀਮ ਅਲਕੜੇ ਆ ਉਹਨਾਂ ਦੇ ਪੁਆਇੰਟ ਆ ਕਿਉਂਕਿ ਕੋਈ ਬਾਹਲੀ ਵੱਡੀ ਜਿੱਤ ਹਾਰ ਰਹੀ ਹੋਈ ਨੌਜਵਾਨਾਂ ਦਾ ਮੁਕਾਬਲਾ ਹੀ ਸੀ ਪੂਰਾ ਨੋਟ ਕਰੋ ਅਲਕੜਿਆਂ ਦੀ ਟੀਮ ਦੇ ਪੁਆਇੰਟ 19 ਪੁਆਇੰਟ ਆ ਹਠੂਰ ਵਾਲਿਆਂ ਦੇ ਪੁਆਇੰਟ 20.5 ਪੁਆਇੰਟ ਤਾੜੀ ਮਾਰ ਦੋ ਹਠੂਰ ਦੀ ਟੀਮ ਜੇਤੂ ਆ ਕਿਉਂਕਿ ਥੋੜੇ ਜਿਹੇ ਫਰਕ ਦੇ ਨਾਲ ਟੀਮ ਜਿਹੜੀ ਜੇਤੂ ਰਹੀ ਹਾਂਜੀ ਵੀਰੇ ਜਿਹੜੇ ਕੇਸਾਂਦਾਰੀ ਖਿਡਾਰੀ ਹੈ ਨਾ ਕੱਲ ਤੋਂ ਹੀ ਸਰਦਾਰ ਬੇਨ ਸਿੰਘ ਨੱਤ ਗੁਰਮੇਲ ਸਿੰਘ ਨੱਤ ਸ਼ਿਵ ਕੁਮਾਰ ਪੁੰਨੀ ਹਾਂਜੀ ਸਾਡੇ ਸਰਕਾਰ ਦੇ ਸਾਬਕਾ ਸਰਪੰਚ ਭੁੱਲਰ ਸਾਹਿਬ ਤੇ ਹੋਰ ਫਿਰ ਕੇਸਾਂਦਾਰੀਆਂ ਨੂੰ ਬਾਈ ਕੋਈ ਹਰੇਕ ਖਿਡਾਰੀ ਦੇ ਕੇਸਾਂਦਾਰੀ ਨੂੰ ਸਨਮਾਨਿਤ ਕਰਦੇ ਆ ਕੀ ਬਾਤ ਹੈ ਜੇਕਰ ਦਰਸ਼ਕ ਵੀਰੋ ਇਹ ਆਪਾਂ ਨੂੰ ਕਿਉਂਕਿ ਵਧੀਆ ਪ੍ਰਾਲਣਾ ਲੱਗਿਆ ਆਪਣੇ ਨਗਰ ਦਾ ਵੱਡਾ ਜਿਹੜਾ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਜੇ ਆਪਾਂ ਨੂੰ ਵਧੀਆ ਲੱਗੇ ਵੀ ਕੇਸਾਂਦਾਰੀ ਨੌਜਵਾਨਾਂ ਦਾ ਸਨਮਾਨ ਜਿਹੜਾ ਹੋ ਰਿਹਾ ਕਿਉਂਕਿ ਇਹਨਾਂ ਨੂੰ ਜਿਹੜਾ ਸਤਿਕਾਰਯੋਗ ਇੰਨੀ ਦੁਨੀਆ ਦੇ ਵਿੱਚ ਸਨਮਾਨ ਮਿਲਣਾ ਦੇਖੋ ਸਾਡੇ ਸਾਰੇ ਵੀਰ ਬੈਠੇ ਆ ਨੱਤ ਪਰਿਵਾਰ ਸਾਬਕਾ ਸਰਪੰਚ ਸਾਹਿਬ ਹੋਰ ਵੀ ਮਿੱਤਰਾਂ ਕਿਉਂਕਿ ਬਾਈ ਡਾਕਟਰ ਨੇ ਦੱਸਿਆ ਮੈਨੂੰ ਵਿਸ਼ੇਸ਼ ਤੌਰ ਤੇ ਜਸਵੰਤ ਨੇ ਇੱਕ ਖਿਡਾਰੀ ਹੋਰ ਖੇਡ ਰਿਹਾ ਸੀਗਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਾਈ ਜੀ ਕੋਟੜਾ ਕਲਾਂ ਦੇ ਕਲਾਲੇ ਦੀ ਟੀਮ ਨੂੰ ਬੇਨਤੀ ਹੈ ਵੀ ਪਹਿਲਾ ਮੈਚ ਉਹਨਾਂ ਦਾ ਹੈਗਾ ਕੁਆਟਰ ਦਾ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਜਾਵੇ ਪਹਿਲੇ ਮੈਚ ਦੇ ਵਿੱਚ ਹਠੂਰ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਜੀ ਹਠੂਰ ਟੱਲੇਵਾਲ ਦੇ ਨਾਲ ਖੇਡੂਗੀ ਹੁਣ ਬੇਨਤੀ ਹੈ 70 ਕਿਲੋ ਦੇ ਮੁਕਾਬਲੇ ਦੇ ਲਈ ਕੁਆਟਰ ਫਾਈਨਲ ਦਾ ਮੈਚ ਹੈਗਾ ਕੋਟੜਾ ਕਲਾਂ ਦੇ ਕਲਾਲਾ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਈ ਹਾਂਜੀ ਜਿੰਨਾ ਟੀਮਾਂ ਦੇ ਨਾਮ ਅਨਾਊਂਸ ਹੁੰਦੇ ਨੇ ਉਹ ਟੀਮਾਂ ਜਲਦ ਤੋਂ ਜਲਦੀ ਗਰਾਊਂਡ 'ਚ ਪਹੁੰਚ ਜਾ ਕਰਨ ਕਿਉਂਕਿ ਵੀਰ ਜੀ ਅਸੀਂ ਉਸ ਤੋਂ ਬਾਅਦ ਓਪਨ ਦੀਆਂ ਟੈਂਗਾਂ ਕਰਕੇ ਓਪਨ ਦੇ ਮੈਚ ਕਰਾਉਣੇ ਨੇਗੇ ਕਿਉਂਕਿ ਕੱਲ੍ਹ ਦੇ ਖਿਡਾਰੀ ਵੀ ਖੇਡ ਰਹੇ ਨੇ 70 ਕਿਲੋ ਦੇ ਹਾਂਜੀ ਬਹੁਤ ਬਹੁਤ ਧੰਨ ਕੋਟੜੇ ਦੀ ਟੀਮ ਪਹੁੰਚ ਚੁੱਕੀ ਹੈ ਮਾਨਸਾ ਜ਼ਿਲ੍ਹਾ ਇਹ ਕੋਟੜਾ ਕਲਾ ਭੀਖੀ ਦੇ ਕੋਲ ਬਹੁਤ ਤਕੜਾ ਕਬੱਡੀ ਦਾ ਟੂਰਨਾਮੈਂਟ ਕਰਾਉਂਦਾ ਸਾਡੇ ਮਿੱਤਰ ਬਾਈ ਗਾਂਧੀ ਵਰਗੇ ਮੈਂ ਦੇਖਦਾ ਵੀ ਪ੍ਰਗਟ ਵਰਗੇ ਨੌਜਵਾਨ ਸਤਿਕਾਰਯੋਗ ਜਿੰਨੇ ਵੀ ਸਾਡੇ ਮਿੱਤਰ ਆ ਕੋਟੜੇ ਦੀ ਟੀਮ ਪਹੁੰਚ ਚੁੱਕੀ ਹੈ ਕਲਾਲੇ ਵਾਲੇ ਮੁੰਡੇ ਨੂੰ ਬੇਨਤੀ ਹੈ ਵੀ ਕਲਾਲੇ ਦੀ ਟੀਮ ਜਿੱਥੇ ਵੀ ਆ ਕਲਾਲੇ ਦੀ ਟੀਮ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੇ ਹੈਲੋ ਉਹ ਬਾਈ ਪੋਤ ਨਾਲੇ ਪੜਾਉਣ ਖੇਡੂਗੀ ਯਾਰ ਅਸੀਂ ਸਹੀ ਫੈਸਲਾ ਲਿਆ ਕੋਈ ਕਿਸੇ ਨੂੰ ਉਹ ਨਹੀਂ ਹੋਊਗਾ ਬਸ ਜਿਹੜੀ ਗੱਲ ਹੋ ਗਈ ਇੱਕ ਵਾਰੀ ਹੋ ਗਈ ਯਾਰ ਵਾਰੀ ਵਾਰੀ ਨਹੀਂ ਕੋਈ ਵੀ ਸਾਡਾ ਫੈਸਲਾ ਬਦਲਿਆ ਜਾਊਗਾ ਨਾਲ ਹੀ ਬੇਨਤੀ ਹੈ ਵੀ ਕਿਰਪਾ ਕਰਕੇ ਕਲਾਲੇ ਦੀ ਟੀਮ ਦੇ ਪਲੇਅਰ ਜਿੱਥੇ ਵੀ ਆ ਕਲਾਲੇ ਵਾਲੇ ਮੁੰਡੇ ਗਰਾਊਂਡ ਦੇ ਵਿੱਚ ਆ ਜਾਣ
70 ਕਿਲੋ ਦੇ ਜਿਹੜੇ ਮੈਚ ਆ ਸਾਡੇ ਸਾਰੇ ਸਤਿਕਾਰਯੋਗ ਵੀਰ ਆ ਕਲਾਣੇ ਵਾਲੇ ਮੁੰਡੇ ਨੂੰ ਬੇਨਤੀ ਆ ਵੀ ਓਪਨ ਦੀਆਂ ਕਿਉਂਕਿ ਇਹਦੇ ਬਾਅਦ ਜਿਹੜੀਆਂ ਟਾਈਆਂ ਜਿਹੜੀਆਂ ਪਾਉਣੀਆਂ ਸੀ ਬਸ ਆਪਣੇ ਕੋਲੇ 4-5 ਮੈਚ ਜਿਹੜੇ ਬਾਕੀ ਆ ਕਿਰਪਾ ਕਰਕੇ ਟੀਮਾਂ ਕਲਾਲੇ ਵਾਲੇ ਮੁੰਡੇ ਜਿੱਥੇ ਜੀ ਆ ਜੀ ਕਲਾਲੇ ਵਾਲੇ ਕਲਾਲੇ ਦੀ ਟੀਮ ਜਿੱਥੇ ਵੀ ਆ ਉਹ ਗਰਾਊਂਡ ਦੇ ਵਿੱਚ ਆਵੇ ਕੋਟੜਾ ਕਲਾਂ ਗਰਾਊਂਡ ਦੇ ਵਿੱਚ ਆ ਨਾਲ ਹੀ ਭਦੌੜ ਬੀਲਾ ਹਠੂ ਟੱਲਿਆਂ ਇਹ ਟੀਮਾਂ ਦੇ ਜਿਹੜੇ ਮੈਚ ਲੱਗਣੇ ਬਹੁਤ ਬਹੁਤ ਧੰਨਵਾਦ ਸਾਡੇ ਸਨਮਾਨਿਤ ਸਤਿਕਾਰਯੋਗ ਮਿੱਤਰ ਆਓ ਉਹਨਾਂ ਦਾ ਵੀ ਧੰਨਵਾਦ ਕਰਦਾਗਾ ਹਾਂਜੀ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਦਾਨ ਦਿੱਤਾ ਜੱਗੀ ਸਿੰਘ ਬੋਲੇਗਾ 1000 ਰੁਪਇਆ ਦਰਸ਼ਨ ਸਿੰਘ ਲੈਂਡਮੈਨ 500 ਰੁਪਇਆ ਏਕਮ ਸਿੰਘ ਢਿੱਲੋਂ 500 ਰੁਪਇਆ ਜਿਨ੍ਹਾਂ ਨੇ ਵੀ ਦਾਨੀ ਸੱਜਣਾਂ ਨੇ ਦਾਨ ਦੇਣਾ ਕਿਉਂਕਿ ਇਹ ਜਿਹੜੇ ਆਪਣੇ ਇਕੱਠ ਨੇ ਜੋੜ ਮੇਲੇ ਚੱਲਦੇ ਨੇ ਜਾਂ ਨਗਰ ਦੇ ਵਿੱਚ ਕੋਈ ਵੀ ਕੰਮ ਚੱਲਦੇ ਆ ਭਾਈ ਜੀ ਬੇਨਤੀ ਉਹ ਕਿਰਪਾ ਕਰਕੇ ਦਾਨ ਦਿਓ ਦਾਨ ਦੇ ਨਾਲ ਹੀ ਇਹ ਕੰਮ ਚੱਲਦੇ ਹਨ ਜਿਹਨੇ ਦਾਨ ਦੇਣਾ ਖੁੱਲ੍ਹ ਕੇ ਦਾਨ ਦਿਓ ਇਧਰਲੇ ਪਾਸੇ ਬੈਠੇ ਹਨ ਆਪਣੇ ਸੇਵਾਦਾਰ ਉਹਨਾਂ ਨੂੰ ਦਾਨ ਦੇ ਕੇ ਇਹ ਟੂਰਨਾਮੈਂਟ ਤੋਂ ਅਗਾਂਹ ਤੋਂ ਆਪਾਂ ਵੱਡਾ ਕਰਾ ਸਕੀਏ ਭਾਈ ਜੀ ਕਲਾਲੇ ਦੀ ਟੀਮ ਕਿਉਂ ਨੀ ਗਰਾਊਂਡ ਚਾਹੀਦੀ ਜੀ ਕਲਾਲੇ ਦੀ ਟੀਮ ਨੇ 1 ਮਿੰਟ ਦਾ ਸਮਾਂ ਹੈਗਾ ਕਲਾਲੇ ਦੀ ਟੀਮ ਨੇ ਆਈ ਕੋਟਲਾ ਕਲਾਂ ਦਾ ਪਹੁੰਚ ਚੁੱਕੀ ਆ ਧੰਨਵਾਦ ਸਾਡੇ ਸਾਰੇ ਮਿੱਤਰਾਂ ਦਾ ਅੱਜ ਕਹਿੰਦੇ ਵੀ ਉੱਥੇ ਰਸੂਲਪੁਰ ਦੇ ਕਾਲੂ ਦਾ ਛੋਟੇ ਨਗਰ ਦਾ ਨੌਜਵਾਨ ਜਿੱਥੇ ਲੱਭੀ ਦਾ ਉੱਥੇ ਹਠੂਰ ਦੇ ਨੌਜਵਾਨ ਸਾਡੇ ਵੀਰ ਕਬੱਡੀ ਕੋਚ ਰੂਪੇ ਦਾ ਤੇ ਨਾਲ ਹੀ ਕਹਿੰਦੇ ਵੀ ਭੋਤਨੇ ਵਾਲੇ ਕਾਲੂ ਦਾ ਸਾਡਾ ਸਤਿਕਾਰਯੋਗ ਵਧੀਆ ਰੇਡਰ ਆ ਉੱਥੇ ਬਿੰਦੀ ਭਦੌੜ ਵਾਲੇ ਦਾ ਵੀ ਵੱਡਾ ਮਾਣ ਸਨਮਾਨ ਜਿਹੜਾ ਹੋਣਾਗਾ ਸਾਡੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਕਲਾਲੇ ਵਾਲੇ ਮੁੰਡੇ ਜਿੱਥੇ ਵੀ 1 ਮਿੰਟ ਦਾ ਸਮਾਂ ਗਾ ਕਲਾਲੇ ਦੀ ਟੀਮ ਦੇ ਲਈ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਕਲਾਲੇ ਵਾਲੇ ਮੁੰਡੇ ਇਤਰਾਜ ਕਮੇਟੀ ਨੇ ਜੋ ਫੈਸਲਾ ਕਰਤਾ ਉਹਨਾਂ ਦਾ ਫੈਸਲਾ ਟੱਲ ਹੋਊਗਾ ਸਾਡੇ ਨਾਲ ਤਾਂ ਗੱਲ ਕਰਨ ਦੀ ਕੋਈ ਲੋੜ ਨਹੀਂ ਤਾਂ ਕਮੇਟੀ ਕੋਲੇ ਜਾਓ ਹਾਂਜੀ ਹਾਂਜੀ ਬੇਨਤੀ ਹੈ ਵੀ ਕਲਾਲੇ ਦੀ ਟੀਮ ਕਿਉਂ ਨਹੀਂ ਆ ਰਹੀ ਜੀ ਦੱਸੋ ਵੀ ਉਹਨਾਂ ਦਾ ਮੁੰਡਿਆਂ ਦਾ ਮੈਚ ਖੇਡਿਆ ਜਾਣਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇੱਕ ਤਾਂ ਸਾਡੇ ਸਤਿਕਾਰਯੋਗ ਮਿੱਤਰਾਂ ਜਿੰਨੇ ਵੀ ਫੈਨ ਕਿਉਂਕਿ ਮੈਂ ਦੇਖਦਾ ਬੜੀ ਨੌਜਵਾਨਾਂ ਦੇ ਵਿੱਚ ਭਾਵਨਾ ਜਿਹੜੀ ਕਲਾਲਾ ਕਲਾਲਾ ਜੀ ਕਲਾਲਾ ਹਾਂਜੀ ਜਿਨ੍ਹਾਂ ਨੇ ਸਾਨੂੰ ਟੂਰਨਾਮੈਂਟ ਨੂੰ ਸਹਿਯੋਗ ਦਿੱਤਾ ਦਰਬਾਰਾ ਸਿੰਘ ਜੋਰੀ ਦਾ ਓਪਨ ਕਲੱਬ ਦਾ ਪਹਿਲਾ ਜੋ ਨਾਮ ਆ 51,000 ਰੁਪਇਆ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਦੂਸਰਾ ਨਾਮ ਸਰਜੀਤ ਸਿੰਘ ਸਾਬਕਾ ਸਰਪੰਚ ਟਰੱਕ ਯੂਨੀਅਨ ਪ੍ਰਧਾਨ ਬਰਨਾਲਾ ਜਗਸੀਰ ਸਿੰਘ ਪੂਨੀਆ ਗਿਆਨੀ ਓਪਨ ਦਾ ਦੂਜਾ ਨਾਮ 41,000 ਰੁਪਇਆ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਸੁਖਪਾਲ ਸਿੰਘ ਧਾਲੀਵਾਲ ਆੜਤੀਏ ਧਾਲੀਵਾਲ 70 ਕਿਲੋ ਦਾ ਪਹਿਲਾ ਨਾਮ 15,000 ਉਹਨਾਂ ਵੱਲੋਂ ਦਿੱਤਾ ਜਾ ਰਿਹਾ ਸਰਦਾਰ ਨੇਕ ਸਿੰਘ ਮਲਕਾਣਾ 70 ਕਿਲੋ ਦਾ ਦੂਜਾ ਨਾਮ 12,000 ਉਹਨਾਂ ਵੱਲੋਂ ਦਿੱਤਾ ਜਾ ਰਿਹਾ ਕਰਨ ਕਨੇਡਾ ਵਾਲੀਬਾਲ ਦਾ ਪਹਿਲਾ ਨਾਮ 5100 ਰੁਪਇਆ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਸਾਧੂ ਸਿੰਘ ਲੈਣੀਕਾ ਵਾਲੀਬਾਲ ਦਾ ਦੂਜਾ ਨਾਮ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਜੋ ਕਿ ਅੱਜ ਆਪਣੇ ਲੈਬ ਚੱਲਦੀ ਆ ਦੇਸਾਂ ਵਿਦੇਸਾਂ ਦੇ ਵਿੱਚ ਸੰਦੀਪ ਸਿੰਘ ਧਾਲੀਵਾਲ ਕੈਨੇਡੀਅਨ ਨਿਊਜ਼ੀਲੈਂਡ ਚੀਨਾ ਬੱਬੀ ਇਹਨਾਂ ਦੇ ਸਹਿਯੋਗ ਦੇ ਨਾਲ 15,411 ਰੁਪਈਏ ਇਹਨਾਂ ਵੱਲੋਂ ਇਨਾਮ ਦਿੱਤਾ ਜਾ ਰਿਹਾ ਸੋ ਅਸੀਂ ਇਹਨਾਂ ਦਾ ਨਗਰ ਨਿਵਾਸੀਆਂ ਵੱਲੋਂ ਟੂਰਨਾਮੈਂਟ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਜਿਉਂ ਆਇਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਗਾਹਾਂ ਵਾਸਤੇ ਦਾਨ ਦੇਤੀ ਪਰਮਤਾ ਬਖਸ਼ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਭਾਈ ਕਲਾਲੇ ਵਾਲੇ ਮੁੰਡੇ ਬਾਕੀ ਵੀ ਕਿਉਂ ਨਹੀਂ ਆ ਰਹੇ ਅੱਧੇ ਇੱਕ ਤਾਂ ਪਲੇਅਰ ਆ ਗਏ ਆ ਜੋ ਬਾਈ ਜਾਣ ਕੇ ਥੋੜਾ ਮੈਚ ਆ ਕਿਉਂਕਿ ਆਪਾਂ ਇਹ ਸੋਚਦੇ ਵੀ ਟੀਮਾਂ ਦੇ ਮੈਚ ਵਧੀਆ ਕਰਾਈਏ ਟੀਮਾਂ ਵਧੀਆ ਆਉਣ ਆ ਜਾਓ ਭਰਾ ਹਾਂ ਅਸੀਂ ਮੰਨਦੇ ਹਾਂ ਸਾਰੇ ਸਤਿਕਾਰਯੋਗ ਮੀਰਾ ਦੇ ਕਿਉਂਕਿ ਸਾਡੀਆਂ ਵੀ ਕੁਛ ਮਜ਼ਬੂਰੀਆਂ ਨੇ ਥੋੜਾ ਜਿਹਾ ਪਹਿਲਾਂ ਮੌਸਮ ਕਰਕੇ ਖਰਾਬ ਹੋਣ ਦਾ ਕਰਕੇ ਕਿਉਂਕਿ ਲੇਟ ਆ ਦੇਰੀ ਦੇ ਨਾਲ ਹਾਂਜੀ ਬਾਈ ਹਾਂਜੀ ਭੋਤਨਾ ਦਾ ਤੇ ਭਦੌੜ ਦਾ ਮੈਚ ਹੋਇਆ ਸੀਗਾ ਜਿਹਦੇ ਇਤਰਾਜ ਲੱਗਿਆ ਸੀ ਉਹਨੂੰ ਕਿਰਪਾ ਕਰਕੇ ਬੇਨਤੀ ਆ ਵੀ ਉਹ ਗਰਾਊਂਡ 'ਚ ਪਹੁੰਚੇ ਜਿਸ ਮੁੰਡੇ ਦੇ ਇਤਰਾਜ ਲੱਗਿਆ ਸੀਗਾ ਉਹ ਇਕੱਲਾ ਹੀ ਮੁੰਡਾ ਪਹੁੰਚੇ ਹੋਰ ਉਹਦੇ ਨਾਲ ਕੋਈ ਵੀ ਨਾ ਆਵੇ ਨਾ ਕੋਈ ਭਦੌੜ ਦਾ ਆਵੇ ਨਾ ਕੋਈ ਭੋਤਨਾ ਦਾ ਆਵੇ ਉਹ ਇਕੱਲਾ ਹੀ ਮੁੰਡਾ ਆਵੇ ਜਿਹਦੇ ਇਤਰਾਜ ਲੱਗਿਆ ਸੀਗਾ ਹੁਣੀ 2 ਮਿੰਟ ਹੋਏ ਆ ਉਹ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚੇ ਤਾਂ ਜੋ ਅਸੀਂ ਗਾਹਾਂ ਵਾਲਾ ਮੈਚ ਸ਼ੁਰੂ ਕਰਾਈਏ ਇਹਦਾ ਫੈਸਲਾ ਕਰਾ ਦਈਏ ਹੈਲੋ ਲੋ ਕਲਾਲੇ ਦੀ ਟੀਮ ਜਿਹੜੀ ਪਹੁੰਚ ਚੁੱਕੀ ਇਹਨਾਂ ਦਾ ਮੈਚ ਜਿਹੜਾ ਲੱਗਣਾ ਗਾ ਕਿਉਂਕਿ 70 ਕਿਲੋ ਦੇ ਮੈਚ ਆ ਦਰਸ਼ਕ ਵੀ ਰੁਕ ਗਈ ਆ ਨਹੀਂ ਪਤਾ ਲੱਗਦਾ
दायरे दे बैठे हैं, कुर्सियां दे मेरे बुजुर्ग बैठे हैं, पिता समान नौजवान बच्चे जेडे 70 किलो दे विच दो प्लेयर बाहरले पिंड दे खेड रहे ने, क्योंकि जो आप बोलते हैं दायरे दे बैठे कि यार ध्यान च नहीं रही गल, अगला कहता भी टीम कि मैच है प्लेयर का कड़ा ना तो पिंड का की ना बोलते हैं, दो प्लेयर बाहरले पिंड के खिडारी जे खेड रहे हैं उत्थे कहते भी किरणदीप सिंह जी मिंटू सरपंच बिले वाले साड़ी जिंदगी दे अजीज मित्रा उन्हों का भी विशेष तौर पर जो मान सम्मान जो किया जाऊगा ये भीर ने मैंने दसिया भी साढ़े सत्कारयोग भीर ने बहुत वधिया साड़ी जिंदगी का अजीज मित्रा भाई बहुत वधिया कबड्डी जेडे जिहड़ा वड्डा प्यार है उन्हों का भी विशेष तौर पर वड्डा मान सम्मान। हाँ जी साढ़े दरम्यान एक दुखी बंदा आया जिहदा 13 साल का बच्चा गा उहदा ऑपरेशन होना गा, बहुत ही गरीब परिवार का यह मैंबर आ, यह अपने पिंड इतने ग्राउंड के गेड़ा देगा, इन्हें आपके बच्चे का इलाज करा लाजवाज पैसों की जिनी भी कहीं कोई श्रद्धा हुई वो कृपा करके इस गरीब व्यक्ति की मदद करो, यदा इसको दिता हुआ दान दरगाह के सफल होगा ता जो किसी बच्चे इंसानियत बख्शी जाए। हाँ जी उधरले पासे कबड्डी 365 के नाल क्योंकि दायरे के बजुर्ग बैठे हैं नौजवानों कई बार नहीं पता लगता, मैं शुरू दसता स्टेज वाले पासे टीम आ मानसा जिले के कहते भी भिखी के कोले कोटला कला बहुत नगर बड़ा जरा मशहूर नगर आ, उन्होंने जेडे जाफी चले गए चारे ने जगसीर आ मुंडा लाल पट्टी के बिच। हाँ जी ग्राउंड रैफरी जावे, रैफरी है नहीं ग्राउंड के टीम पहुंच चुकी ने, जो बच्चा ग्राउंड लेके आया गया बीमार उसके बाद सरदार बेअंत सिंह नाता सरपंच खोथे सरां टिब्बे जिन्हों कहने वो इस बच्चे इस इलाज के वास्ते 500 रुपया दान वजो दिते ने, असी सरपंच साहब का बहुत बहुत धन्यवाद करते हैं। हाँ जी फ्रेंड डीजे साढ़े भीर का धन्यवाद है फ्री सेवा की साडा जिहड़ियां चेंज हो गई जी, नौजवान तीजी कबड्डी बदलवी है जी, कोटड़े कले वाले मुंडे हुण इधरले पासे चले गए, वह कहते भी साडा असीं बदलनी आ, नोट करो जी कोटड़ा कलां की टीम जिहड़ी भाई खेत वाला पासे बोलदा करा माड़ा जिहा मैनूं दसदा करो क्योंकि हाँ पिंड वाले पासे जी, हाँ जी पिंड वाले पासे क्योंकि पहली बार नगर के विच दर्शन होए आ, उन्हां दी विरोधी टीम जिहड़ी खेड रही है गी कलाला ये खेड रही है स्टेज वाले पासे पहली कबड्डी दे लई जद्दी पिंडा रेडर का कहते भी ठीकरी आला ना गा मुंडे का गुरप्रीत सिंह, पर उधरले पासों जी पहली कबड्डी पै रही है आ मुंडा हरियाणे दे विचों कहते भी हरियाणे का रोड़ी पिंड आ जाता, रोड़ी का लास्ट आप देख गल करिए हरियाणे का लास्ट पिंड आ जाता रोड़ी, रोड़ी वाला प्रगट पहली कबड्डी कोटड़े वालों पा रहा है, एक बार ताणी मार दो अंबा जिहड़ा मैच हुण पूरा जबरदस्त कबड्डी देखना पहली कबड्डी। हाँ जी हेलो साडे सत्कारयोग साबका सरपंच नसत्तर सिंह जी खंडा 600 रुपया बच्चे भेजते ने, असीं तुहाडा कोट कोट धन्नवाद करदे आं, बहुत धन्नवाद। उधरले पासे ठीकरी आंदे गुरप्रीत सिंह दी पई हुई कबड्डी है, साडा स्टूडियो वीर बहुत बहुत धन्नवाद आ सत्कारयोग मित्र, उधरले पासे नाली अमनदीप सीनियर शेदल उधरले पासे प्रगट सिंह कोटड़े वाला कबड्डी पाउण दे लई वादा होया, आ गए ने खिडारी वेखो खिच के तैयारियां मेहनतां दे नाल देखो बादियां शिंगारियां, आ मुंडे दा कहिंदे वी जाफी दा पिंड हैगा बदरा धूरकोट बदरा सपाल काने के लागले लागले पिंड आ जांदे आ, उत्थों जे जाफी ने कलाले दी टीम दे लई जफा लाया सी पेड़े अपनी टीम दे लई एक पॉइंट दा होर जिहड़ा वादा करदा होया चलवी नौजवान डिकरी वाल वाले गुरप्रीत पांदे कबड्डी दो प्लेयर बाहरले पिंड दे आ, अगलिया टीमों पहले मैं बेनती करदा वी बीला दे पधौण कृपा करके बैठने की कृपालता करो, साइड से साडे वीर जिद्दू दे किरणी मिंटू वर्गे जगे वर्गे काले वर्गे उधर नाल आ जाफी का पिंड भाई डॉक्टर नत्त कहिंदे भी पेरों पिंड पेरों पेरों का जाफी है हैप्पी जिहड़ा जफा ला रहा बहुत वड्डा नाम है नौजवान का जाफलैन दे विच, लो पेरों वाला नौजवान कोटड़े की टीम के लिए एक जफा लाउंदा होया कले कले प्लेयर का जरा वेरवा सत्कारयोग साढ़े जिन्हें भी भाई रुपिंद्र जलाल भी पहुंचने वाला अमरदीप सीनियाल उन्होंने भी धन्यवाद बहुत वधिया जिंदगी का अजीज मित्र सारा का धन्यवाद। रोड़ी का प्रगट सिंह जिथे कहते भी प्रगट स्कूल के मास्टर लग्या पीटी मास्टर क
ਕਬੱਡੀ ਦਾ ਵੱਡਾ ਸ਼ੌਂਕ ਆ ਇਸ ਨੌਜਵਾਨ ਨੂੰ। ਲੋ ਬਦਰੇ ਵਾਲਾ ਸ਼ੀਪਾ ਹੁਣ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵਸਦੀ ਲੋਕੋ ਜਿੰਦ ਜਾਨ ਪੰਜਾਬੀਆਂ ਦੀ। ਵਾਂਗ ਮਸਾਲਾ ਚਿਹਰੇ ਦੱਗਦੇ ਨੇ ਭਲਵਾਨਾਂ ਦੇ ਤੇ ਵਿੱਚ ਮੈਦਾਨੀ ਪਰਖੇ ਜਾਂਦੇ ਜ਼ੋਰ ਜਮਦਾਨਾਂ ਦੇ। ਹਾਂਜੀ ਸਾਡੇ ਜੋ ਇਸ ਪਿੰਡ ਦੇ ਮੌਜੂਦਾ ਸਰਪੰਚ ਰਸੀਮ ਕੌਰ।